Assalamualaikum warahmatullahi taala wabarakatuh. Assalatu wassalamu alayka ya sayyidi ya Rasulullah wa ala alika wa ashabika ya sayyidi ya Habibullah. Assalatu wassalamu alayka ya sayyidi ya Nabiyullah wa ala alika wa ashabika ya sayyidi ya Nurullah. Assalatu wassalamu alayka ya sayyidi ya Shafi' al-Muhnibin wa ala alika wa ashabika ya sayyidi ya Rahmatul Alamin. Ya Khatim al-Nabiyyin. Tamam musalmanon bataiye ke Palestine se jo halaat chal rahe hain kafi der to kafi arse to ke Israel ne ਬੰਬਾਰੀ ਸ਼ੁਰੂ ਕੀਤੀ ਹੋਈ ਹੈ ਉਹਦੇ ਨਾਲ ਜਿਹੜੇ ਵੀ ਦੂਸਰੇ ਮੁਲਕ ਦਾ ਸਾਥ ਦੇ ਰਹੇ ਨੇ ਜਿਹੜੇ ਵੀ ਹੈ ਅਗਰ ਕਾਫਰ ਕਾਫਰ ਦਾ ਸਾਥ ਦੇ ਸਕਦਾ ਮੁਸਲਮਾਨ ਮੁਸਲਮਾਨ ਦਾ ਸਾਥ ਕਿਉਂ ਨਹੀਂ ਦੇ ਸਕਦਾ ਹਾਂਜੀ ਹਦੀਸ ਸ਼ਰੀਫ ਦੇ ਵਿੱਚ ਆਉਂਦਾ ਕਿ ਹਜ਼ੂਰ ਨਬੀ ਕਰੀਮ ਸੱਲੱਲਾਹੁ ਤਾਲਾ ਅਲੈਹ ਵਾਲੀ ਵਸਾਬੀ ਮੁਬਾਰਕ ਵਸੱਲਮ ਨੇ ਫਰਮਾਇਆ ਕਿ ਇੱਕ ਮੁਸਲਮਾਨ ਜਿਹੜਾ ਨਾ ਇੱਕ ਜਿਸਮ ਦੀ ਮੰਨਦੇ ਤਮਾਮ ਮੁਸਲਮਾਨ ਇੱਕ ਜਿਸਮ ਦੀ ਮੰਨਦੇ ਨੇ ਇੱਕ ਜਿਸਮ ਦੀ ਤਰ੍ਹਾਂ ਨੇ ਕਿ ਜਿਸ ਜਿਸਮ ਦੀ ਇੱਕ ਹਿੱਸੇ ਦੀ ਤਕਲੀਫ ਹੁੰਦੀ ਹੈ ਤਾਂ ਸਾਰਾ ਜਿਸਮ ਤਕਲੀਫ ਮਹਿਸੂਸ ਕਰਦਾ ਇਸ ਨੇ ਇੱਕ ਮੁਸਲਮਾਨ ਭਰਾ ਨੂੰ ਸਾਡੇ ਮੁਲਕ ਨੂੰ ਮੁਸਲਮਾਨ ਇਸਲਾਮੀ ਮੁਲਕ ਨੂੰ ਜਾਂ ਮੁਸਲਮਾਨ ਭਰਾ ਨੂੰ ਭਰਾਵਾਂ ਦੇ ਭੈਣਾਂ ਦੇ ਸਾਡੀਆਂ ਬੱਚੀਆਂ ਦੇ ਬੱਚਿਆਂ ਦੇ ਅਗਰ ਜ਼ੁਲਮ ਹੋ ਰਿਹਾ ਤਾਂ ਸਮਝੋ ਸਾਨੂੰ ਵੀ ਮਹਿਸੂਸ ਕਰਨਾ ਚਾਹੀਦਾ ਠੀਕ ਹੈ ਨਾ ਇਹਦੇ ਬਾਰੇ ਬਿਲਕੁਲ ਐਕਸ਼ਨ ਲੈਣਾ ਚਾਹੀਦਾ ਤਮਾਮ ਮੁਸਲਿਮ ਮਾਲਕ ਨੂੰ ਖਸੂਸਨ ਅਸੀਂ ਇਸਲਾਮੀ ਜਮਹੂਰੀਆ ਪਾਕਿਸਤਾਨ 'ਚ ਰਹਿੰਦੇ ਹਾਂ ਅਤੇ ਅਸੀਂ ਵੀ ਆਪਣੇ ਹੁਕਮਰਾਨਾਂ ਨੂੰ ਜਾਂ ਜਿਹੜੇ ਜਿਹੜੇ ਬਾਦਸ਼ਾਹ ਲੋਕ ਨੇ ਜਿਹੜੇ ਇਸ ਮੁਲਕ ਦੇ ਮੁਸੱਲਤ ਨੇ ਜਿਨ੍ਹਾਂ ਦਾ ਕਬਜ਼ਾ ਹੈ ਜੋ ਇਖਤਿਆਰਾਤ ਨੇ ਇਸਤੇਮਾਲ ਕਰ ਸਕਦੇ ਨੇ ਉਹਨਾਂ ਕੋਲ ਅਥਾਰਟੀ ਹੈ ਅਤੇ ਬਿਲਕੁਲ ਐਜ ਏ ਮੁਸਲਮਾਨ ਮੁਸਲਮਾਨ ਹੋਣ ਦੇ ਨਾਤੇ ਜਹਾਦ ਦਾ ਐਲਾਨ ਕਰਨ ਠੀਕ ਹੈ ਨਾ ਆਪਣੇ ਮੁਸਲਮਾਨ ਭਰਾਵਾਂ ਦੀ ਭੈਣਾਂ ਦੀ ਮਦਦ ਕਰਨ ਠੀਕ ਹੈ ਉਸ ਮਦਦ ਉਸ ਜਾਣ ਬਾਕੀ ਰਹਿ ਗਏ ਅਸੀਂ ਲੋਕ ਜਿਹੜੇ ਹੱਥੇ ਲੋਕ ਆ ਪਾਕਿਸਤਾਨੀ ਜਾਂ ਮੁਸਲਮਾਨ ਪਾਕਿਸਤਾਨ ਦੇ ਮੁਸਲਮਾਨ ਜ਼ਾਹਰ ਹੈ ਸਾਡੇ ਅਖਤਿਆਰਾਂ 'ਚ ਕੁਛ ਨਹੀਂ ਅਸੀਂ ਕੁਛ ਨਹੀਂ ਕਰ ਸਕਦੇ ਅਸੀਂ ਉੱਥੇ ਜਾਣ ਵਾਸਤੇ ਵੀਜ਼ਾ ਚਾਹੀਦਾ ਸਾਰੇ ਮਾਮਲਾ ਚਾਹੀਦੇ ਨੇ ਅਸੀਂ ਨਹੀਂ ਜਾ ਸਕਦੇ ਠੀਕ ਹੈ ਨਾ ਅਸੀਂ ਕਮ ਅਜ਼ ਕਮ ਇੱਥੇ ਅਸੀਂ ਦਿਲ ਦੇ ਵਿੱਚ ਜਿਹੜਾ ਮਹਿਸੂਸ ਕਰੀਏ ਉਹਨਾਂ ਦੀ ਦਰਦ ਮਹਿਸੂਸ ਕਰੀਏ ਕਿ ਵਾਕਈ ਉਹਨਾਂ ਨਾਲ ਜ਼ੁਲਮ ਹੋ ਰਿਹਾ ਸਾਡੇ ਮੁਸਲਮਾਨ ਭਰਾਵਾਂ ਨਾਲ ਅਤੇ ਸਾਨੂੰ ਤਮਾਮ 54 ਮੁਲਕ ਨੇ ਜਿੰਨੇ ਵੀ ਇਸਲਾਮੀ ਮਾਲਕ ਨੇ ਸਭ ਨੂੰ ਇਹਦਾ ਸਾਥ ਮੁਸਲਮਾਨਾਂ ਦਾ ਸਾਥ ਦੇਣਾ ਚਾਹੀਦਾ ਅਸੀਂ ਕੋਈ ਚੰਦ ਆਪ ਨਹੀਂ ਛੇੜੀ ਮੁਸਲਮਾਨਾਂ ਨੇ ਨਹੀਂ ਛੇੜੀ ਇਹ ਮੁਸਲਮਾਨਾਂ ਦੀ ਜਗ੍ਹਾ ਹੈ ਬੈਤੁਲ ਮੁਕੱਦਸ ਕਿਬਲਾ ਅਵਲ ਇਹ ਸਭ ਦਾ ਠੀਕ ਹੈ ਨਾ ਸਭ ਮੁਸਲਮਾਨਾਂ ਨੂੰ ਪਤਾ ਹੈ ਇਹਦੇ ਬਾਰੇ ਤਫਸੀਲ ਵਾਰ ਵਾਰ ਜਿਹੜੀ ਦੱਸੀ ਗਈ ਹੈ ਸਭ ਨੂੰ ਪਤਾ ਵੀ ਹੈ ਠੀਕ ਹੈ ਨਾ ਅਤੇ ਲਿਹਾਜ਼ਾ ਇਹਦਾ ਜਿਹੜਾ ਜਿੰਨਾ ਵੀ ਹੈ ਹਿਸਾਬ ਸਾਹਿਬ ਜੋ ਵੀ ਹੈ ਅਸੀਂ ਫਿਰ ਫਕੀਰ ਆਪਣਾ ਬਜ਼ਮੇ ਵੈਸੀਆ ਗੁਲਬਰਗ ਲਾਹੌਰ ਪਾਕਿਸਤਾਨ ਦੀ ਤਰਫੋਂ ਇੱਕ ਨਾਚੀਜ਼ ਸਿਫਲ ਮਕਤਬ ਹੋਣ ਦੇ ਨਾਤੇ ਇਹ ਆਪਣੇ ਬਾਅਸਰ ਲੋਕ ਜਿੰਨੇ ਵੀ ਸਾਡੇ ਹਕੂਮਤ ਦੇ ਇਮਰਾਨ ਨੇ ਜਾਂ ਜਿਹੜੇ ਵੀ ਹਕੂਮਤ ਬਣਾਉਂਦੇ ਨੇ ਜਾਂ ਗਿਰਾਉਂਦੇ ਨੇ ਜਾਂ ਜੋ ਵੀ ਨੇ ਇਹ ਜਿਹੜਾ ਉਹ ਇਸ਼ਤਰਾਦ ਹੈ ਨੇ ਪਾਕਿਸਤਾਨ 'ਚ ਰਹਿ ਕੇ ਉਹ ਕਰ ਸਕਦੇ ਨੇ ਇਸਲਾਮ ਦੀ ਮਦਦ ਠੀਕ ਹੈ ਨਾ ਅਤੇ ਮੈਂ ਉਹਨਾਂ ਨੂੰ ਇਹੀ ਇਲਤਜਾ ਕਰਾਂਗਾ ਰਿਕੁਐਸਟ ਕਰਾਂਗਾ ਕਿ ਉਹ ਬਿਲਕੁਲ ਜ਼ਰਾ ਸੀਰੀਅਸ ਲੈਣ ਤਾਂ ਕਿ ਸਭ ਦੁਨੀਆ ਫਾਨੀ ਹੈ ਦੁਨੀਆ ਰਹਿ ਜਾਣੀ ਇੱਥੇ ਸਾਰਾ ਕੁਝ ਠੀਕ ਹੈ ਇੱਥੇ ਤੋਂ ਸਭ ਕੁਛ ਰਹਿ ਜਾਣਾ ਸਭ ਸਦਾਰਤਾਂ ਜੋ ਜੋ ਇਖਤਰਾਤ ਨੇ ਤਾਂ ਟੈਂਪਰੇਰੀ ਹੁੰਦੇ ਨੇ ਇਹ ਦੁਨੀਆ ਦੇ ਮਾਮਲਾਤ ਠੀਕ ਹੈ ਨਾ ਅਗਰ ਤੁਹਾਨੂੰ ਅੱਲਾ ਨੇ ਇੱਜ਼ਤਾਂ ਦਿੱਤੀਆਂ ਨੇ ਬਰਕਤਾਂ ਦਿੱਤੀਆਂ ਨਾ ਜਿਹੜਾ ਜਿਹਨਾਂ ਨੂੰ ਵੀ ਪਾਕਿਸਤਾਨ ਦੇ ਉੱਤੇ ਜਿਹਨਾਂ ਦੀ ਵੈਲਿਊ ਹੈ ਮੋਹਰੇ ਨੇ ਪਾਕਿਸਤਾਨ ਦੇ ਉਹਨਾਂ ਮੋਹਰਿਆਂ ਅੱਗੇ ਅਰਜ਼ ਕਰਨਾ ਉਹਨਾਂ ਅਦਾਰਿਆਂ ਅੱਗੇ ਅਰਜ਼ ਕਰਨਾ ਠੀਕ ਹੈ ਨਾ ਰਿਕੁਐਸਟ ਕਰਨਾ ਵਾ ਐਜ਼ ਏ ਮੁਸਲਮਾਨ ਪਾਕਿਸਤਾਨੀ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਬਸ ਵਾਸੀ ਹੁੰਦੇ ਨਾਤੇ ਇਹ ਉਹ ਜ਼ਰੂਰ ਜ਼ਰਾ ਤਵੱਜਾ ਕਰਨ ਅਤੇ ਦੂਸਰੀ ਗੱਲ ਰਹੀ ਅਸੀਂ ਗੱਲ ਫਿਰ ਹੋਈ ਹੈ ਅਸੀਂ ਲੋਕ ਕੀ ਕਰ ਰਹੇ ਹਾਂ ਉਹਨਾਂ ਨਾਲ ਬਿਲਕੁਲ ਅਸੀਂ ਉਹਨਾਂ ਵਾਸਤੇ ਹਮਦਰਦੀ ਦਾ ਇਜ਼ਹਾਰ ਕਰੀਏ ਜਦੋਂ ਸਾਡੀ ਹਕੂਮਤ ਜਾਂ ਸਾਨੂੰ ਸਾਡੇ ਦੀਨ ਵੱਲੋਂ ਆਵਾਜ਼ ਵੱਜਦੀ ਹੈ ਠੀਕ ਹੈ ਨਾ ਅਤੇ ਅਸੀਂ ਇਨਸ਼ਾਅੱਲਾ ਲਬੈਕ ਕਰਦੇ ਹੋਏ ਆਪਣੇ ਮੁਲਕ ਦਾ ਸਾਥ ਦੇਣਾ ਦੀਨ ਦਾ ਸਾਥ ਦੇਣਾ ਮੁਲਕ ਦਾ ਸਾਥ ਦੇਣਾ ਠੀਕ ਹੈ ਅਸੀਂ ਮੁਲਕ ਦੇ ਨਾਲ ਰਹਿ ਕੇ ਇਹ ਕੰਮ ਕਰਨਾ ਚਾਹੁੰਦੇ ਹਾਂ ਦੀਨ ਦਾ ਕੰਮ ਤਾਂ ਕਿ ਸਾਡੇ ਮੁਲਕ ਤੋਂ ਅਸੀਂ ਆਪਣੇ ਮੁਲਕ ਦੀ ਵੀ ਨਾਂ ਨਾਲ ਨੁਮਾਇੰਦਗੀ ਕਰੀਏ ਠੀਕ ਹੈ ਨਾ ਔਰ ਪਹਿਲੇ ਵੀ ਅਰਜ਼ ਕਰ ਚੁੱਕਿਆ ਹਾਂ ਮੈਂ ਤਕਰੀਬਨ ਆਪਣੀਆਂ ਮਾਜ਼ੂਰ ਨਸ਼ੀਆਂ ਦੇ ਵਿੱਚ ਕਿ ਦੋ ਮੁਲਕ ਜਿਹੜੇ ਨਾ ਬਣੇ ਨੇ ਇਸਲਾਮੀ ਨਾਂ 'ਤੇ ਇੱਕ ਮਦੀਨਾਤੁਲ ਮੁਨੱਵਰਾ ਅਤੇ ਦੂਸਰਾ ਇਸਲਾਮੀ ਜਮਹੂਰੀਆ ਪਾਕਿਸਤਾਨ ਹਿਸਟਰੀ ਦੇ ਵਿੱਚ ਠੀਕ ਹੈ ਨਾ ਅਤੇ ਲਿਹਾਜ਼ਾ ਸਾਨੂੰ ਸਾਡੇ ਵਾਸਤੇ ਇਜਾਜ਼ ਵਾਲੀ ਗੱਲ ਹੈ ਕਿ ਅਸੀਂ ਬਿਲਕੁਲ ਸਾਡੇ ਵੱਡੇ ਜਿਹੜੇ ਨੇ ਪਾਕਿਸਤਾਨ ਦੇ ਉਹ ਜ਼ਰੂਰ ਐਕਸ਼ਨ ਲੈਣ ਅਤੇ ਅਸੀਂ ਉਹਨਾਂ ਤੋਂ ਇਹੀ ਉਮੀਦ ਰੱਖਾਂਗੇ ਕਿ ਇਨਸ਼ਾਅੱਲਾ ਉਹ ਦੀਨ ਦਾ ਇਸਲਾਮ ਦਾ ਸਾਥ ਦੇਣਗੇ ਮੁਸਲਮਾਨਾਂ ਭਰਾਵਾਂ ਦਾ ਸਾਥ ਦੇਣਗੇ
ਉਸ ਤੋਂ ਬਾਅਦ ਗੱਲ ਰਹੀ ਅਸੀਂ ਕੀ ਕਰ ਰਹੇ ਹਾਂ ਆਪਸ ਦੇ ਵਿੱਚ ਪਾਕਿਸਤਾਨ 'ਚ ਰਹਿ ਕੇ ਅਸੀਂ ਆਪਣੇ ਮਾਮਲਾ ਜਿਹੜੇ ਨੇ ਇੱਕ ਦੂਸਰੇ ਦੇ ਆਹ ਵਜ਼ੀਅਤ ਦੇ ਉਹ ਤਾਂ ਕਾਫਰ ਦੇ ਰਹੇ ਨਾ ਜੀ ਉਹ ਕਾਫਰ ਲੋਕ ਜਿਹੜੇ ਨੇ ਯਹੂਦੀ ਲੋਕ ਜਿਹੜੇ ਨੇ ਉਹ ਸਾਨੂੰ ਮੁਸਲਮਾਨਾਂ ਨੂੰ ਵਜ਼ੀਅਤ ਦੇ ਰਹੇ ਨਾ ਅਤੇ ਅਸੀਂ ਪਾਕਿਸਤਾਨ 'ਚ ਰਹਿ ਕੇ ਇੱਕ ਦੂਸਰੇ ਨੂੰ ਮੁਸਲਮਾਨ ਹੋ ਕੇ ਮੁਸਲਮਾਨ ਇੱਕ ਦੂਸਰੇ ਨੂੰ ਵਜ਼ੀਅਤ ਦੇ ਰਹੇ ਠੀਕ ਹੈ ਨਾ ਉਹ ਕਿਸ ਤਰ੍ਹਾਂ ਉਹ ਇਸ ਨਹੀਂ ਹੈ ਕਿ ਕਿਸੇ ਨੂੰ ਅਗਲਾ ਅਗਰ ਕੋਈ ਅੱਲਾਹ ਤਾਲਾ ਇੱਜ਼ਤ ਦਿੰਦਾ ਹੈ ਜਾਂ ਕਿਸੇ ਨੂੰ ਪੁੱਤਰ ਦਿੰਦਾ ਹੈ ਜਾਂ ਮਾਲ ਦਿੰਦਾ ਜਾਂ ਜੋ ਵੀ ਦਿੰਦਾ ਮਨਸਬ ਦਿੰਦਾ ਅਤੇ ਉਹ ਜਿਹੜਾ ਨਾ ਲੋਕ ਉਸ ਤੋਂ ਹਸਦ ਕਰਦੇ ਹਸਦ ਜਿਹੜਾ ਬਹੁਤ ਹੀ ਲਾਨਤੀ ਚੀਜ਼ ਹੈ ਇਹ ਤੇ ਤੁਹਾਡੀਆਂ ਨੇਕੀਆਂ ਨੂੰ ਇੰਝ ਖਾ ਜਾਂਦਾ ਤੁਹਾਡੀ ਨੇਕੀਆਂ ਜਿਹੜੀਆਂ ਨਾ ਹਸਦ ਇੰਝ ਖਾ ਜਾਂਦਾ ਜਿਸ ਤਰ੍ਹਾਂ ਲੱਕੜੀ ਜਿਹੜੀ ਨਾ ਅੱਗ ਜਿਹੜੀ ਨਾ ਲੱਕੜੀ ਨੂੰ ਖਾ ਜਾਂਦਾ ਅੱਗ ਲੱਕੜੀ ਨੂੰ ਖਾ ਜਾਂਦਾ ਅਤੇ ਹੁਣ ਸਰਦੀ ਹਾਲੇ ਆਈਆਂ ਨਹੀਂ ਹੈ ਅਤੇ ਹੁਣ ਹੀ ਹੈ ਪੰਪ ਸ਼ੰਪ ਦਾ ਸਿਸਟਮ ਸ਼ੁਰੂ ਹੋ ਗਿਆ ਹਾਂਜੀ ਕਿ ਅਸੀਂ ਮੁਸਲਮਾਨ ਇੱਕ ਗਰੀਬ ਆਦਮੀ ਇੱਕ ਦਿਹਾੜੀਦਾਰ ਆਦਮੀ ਵਿਚਾਰਾ ਦਿਹਾੜੀ ਲਾ ਕੇ 1000-1200 ਦੀ ਦਿਹਾੜੀ ਲਾ ਕੇ ਇੱਕ ਕਿਲੋ ਘਿਓ ਲਿਆਉਂਦਾ ਚੀਨੀ ਲਿਆਉਂਦਾ ਆਟਾ ਲਿਆਉਂਦਾ ਨਮਕ ਲਿਆਉਂਦਾ ਮਿਰਚ ਲਿਆਉਂਦਾ ਉਹ ਜਦੋਂ ਚੁੱਲ੍ਹੇ ਦੇ ਉੱਤੇ ਉਹਦੀ ਬੀਬੀ ਆਪਣਾ ਆਟਾ ਗੁੰਨਦੀ ਹੈ ਜਾਂ ਉਹ ਪਿਆਜ਼ ਕੱਟਦੀ ਹੈ ਮਸਾਲਾ ਬਣਾਉਣ ਲੱਗਦੀ ਚੁੱਲ੍ਹੇ 'ਤੇ ਰੱਖਦੀ ਅਤੇ ਚੁੱਲ੍ਹਾ ਬੰਦ ਚੁੱਲ੍ਹਾ ਹਵਾ ਦੇਣੀ ਸ਼ੁਰੂ ਕਰ ਦਿੰਦਾ ਠੀਕ ਹੈ ਜੀ ਅਤੇ ਉਹ ਬੀਵੀ ਸੋਚਦੀ ਹੈ ਕਿ ਪਤਾ ਨਹੀਂ ਪਿੱਛੋਂ ਬੰਦ ਹੋ ਗਈ ਹੈ ਗੈਸ ਜਾਂ ਕੀ ਮਸਲਾ ਅਤੇ ਉਹ ਇਹ ਨਹੀਂ ਪਤਾ ਕਿ ਜ਼ਾਲਮਾਂ ਨੇ ਸਾਡੇ ਮੁਸਲਮਾਨਾਂ ਨੇ ਹਾਂਜੀ ਸਾਡੇ ਮੁਸਲਮਾਨ ਲੋਕਾਂ ਨੇ ਪੰਪ ਰੱਖੇ ਨੇ ਘਰ ਆਪਣੇ ਆਪਣੇ ਜਿਹੜੇ ਨਾ ਘਰਾਂ 'ਚ ਪੰਪ ਰੱਖ ਕੇ ਅਤੇ ਉਹ ਆਪਣਾ ਆਪਣਾ ਕੰਮ ਸਿੱਧਾ ਕਰ ਰਹੇ ਨੇ ਹਾਂਜੀ ਉਹ ਕਿਸੇ ਗਰੀਬ ਮਾੜੇ ਨੂੰ ਨਹੀਂ ਦੇ ਸਕਦੇ ਨਾ ਅਤੇ ਉਹਨੂੰ ਤੰਗ ਵੀ ਨਾ ਕਰਨ ਠੀਕ ਹੈ ਨਾ ਅਵਲ ਤਾਂ ਮੁਸਲਮਾਨ ਦਾ ਇਹ ਆ ਕਿ ਭਾਈ ਪਹਿਲੇ ਕਿਸੇ ਨੂੰ ਫਿਰ ਆਪਣੇ ਆਪ ਜਿਸ ਤਰ੍ਹਾਂ ਇੱਕ ਬਜਵਾ ਸੀ ਉਹ 'ਚ ਕਈ ਜ਼ਖਮੀ ਸੀ ਸੁਹਾਬਾ ਅਤੇ ਅਤਸ਼ ਅਤਸ਼ ਪਿਆਸ ਪਿਆਸ ਕਰ ਰਹੇ ਸੀ ਪਾਣੀ ਪਾਣੀ ਕਰ ਰਹੇ ਸੀ ਅਤੇ ਪਾਣੀ ਇੱਕ ਆਇਆ ਅਤੇ ਜਿਨ੍ਹਾਂ ਨੇ ਜਿਨ੍ਹਾਂ ਅੱਗੇ ਪਾਣੀ ਲਿਆਇਆ ਗਿਆ ਉਹ ਪਾਣੀ ਪੀਣ ਲੱਗੇ ਅਤੇ ਨਾਲ ਹੀ ਦੂਸਰੇ ਨੇ ਕਿਹਾ ਅਤਸ਼ ਮੈਨੂੰ ਪਿਆਸ ਲੱਗੀ ਆਪਨੇ ਕਿਹਾ ਕਿ ਮੈਨੂੰ ਨਾ ਦਿਓ ਮੇਰੇ ਭਰਾ ਨੂੰ ਦੇ ਦਿਓ ਉਹਨੂੰ ਦਿੱਤੇ ਆ ਉੱਧਰੋਂ ਉਹ ਦੂਸਰੇ ਦੀ ਤੀਸਰੇ ਦੀ ਆਵਾਜ਼ ਆ ਗਈ ਅਤਸ਼ ਪਾਣੀ ਉਹਨਾਂ ਨੇ ਕਿਹਾ ਮੈਨੂੰ ਵੀ ਨਾ ਦਿਓ ਉੱਧਰ ਦੇ ਦਿਓ ਇੰਝ ਕਰਦੇ ਕਰਦੇ ਪਾਣੀ ਉੱਥੇ ਰਹਿ ਗਿਆ ਸਭ ਅੱਲਾ ਦੀ ਬਾਰਗਾਹ 'ਚ ਪੇਸ਼ ਹੋ ਗਏ ਸ਼ਹੀਦ ਅਤੇ ਇਹ ਚੀਜ਼ਾਂ ਨੇ ਸਾਡਾ ਇਸਲਾਮ ਸਾਨੂੰ ਬੜਾ ਕੁਝ ਦੱਸਦਾ ਅਤੇ ਲਿਹਾਜ਼ਾ ਖੁਦਾ ਦਾ ਖੌਫ ਕਰੋ ਮੁਸਲਮਾਨੋ ਨਾਮ ਨਿਹਾਲੋ ਕਿ ਜਿਹੜੇ ਬੰਦੇ ਕਹਿੰਦੇ ਨੇ ਜੀ ਇਹ ਆਪਣਾ 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 ਉਹਨਾਂ ਕੋਲ ਪੈਸੇ ਨਹੀਂ ਹੈਗੇ ਪੰਪ ਦੇ ਸਾਡੇ ਕੋਲ ਹੈ ਨੇ ਪੰਪ ਦੇ ਪੈਸੇ ਸਾਰੇ ਕੋਲ ਆ ਜਾਂਦੇ ਨੇ ਮਗਰ ਇਨਸਾਨੀਅਤ ਜਿਹਨੂੰ ਆਉਂਦੀ ਹੈ ਨਾ ਜਿਹਨੂੰ ਮਰਨਾ ਯਾਦ ਹੈ ਕਿ ਮੈਂ ਮਰ ਜਾਣਾ ਇਹਨਾਂ ਚੀਜ਼ਾਂ ਨੇ ਸਾਡੇ ਕੰਮ ਨਹੀਂ ਆਉਣਾ ਬਿਜਲੀ ਚੋਰ ਨੇ ਕਈ ਸਾਡੇ ਇੱਥੇ ਏਰੀਏ ਵਿੱਚ ਇਲਾਕਿਆਂ 'ਚ ਬਿਜਲੀ ਚੋਰ ਨੇ ਉਹ ਬਿਜਲੀ ਚੋਰ ਦਾ ਜਿਹੜਾ ਬਿੱਲ ਹੈ ਨਾ ਬਿਜਲੀ ਚੋਰਾਂ ਦਾ ਬਿੱਲ ਜਿਹੜੇ ਚੋਰੀ ਕਰਦੇ ਬਿਜਲੀ ਉਹ ਜਿਹੜੇ ਵਿਚਾਰੇ ਸਹੀ ਬਿਜਲੀ ਇਸਤੇਮਾਲ ਕਰ ਰਹੇ ਨੇ ਉਹਨਾਂ 'ਤੇ ਪਾਉਂਦੇ ਨੇ ਜਿਸ ਤਰ੍ਹਾਂ ਬਿੱਲ ਡਬਲ ਆ ਰਹੇ ਨੇ ਜਿਹੜੇ ਵੀ ਜਿਹਨੇ ਵੀ ਇਹ ਤਜਵੀਜ਼ ਪੇਸ਼ ਕੀਤੀ ਹੋਈ ਹੈ ਨਾ ਬਿੱਲ ਡਬਲ ਦੀ ਇਨਸ਼ਾਅੱਲਾ ਇੰਨੀਆਂ ਨਸਲਾਂ ਵੀ ਜਮਾ ਹੋਣੀਆਂ ਅਤੇ ਆਹ ਵੀ ਜਮਾ ਹੋਏ ਜਿਹੜੇ ਮਸ਼ਵਰੇ ਦੇ ਅੰਡਰ ਨੇ ਅੱਜ ਜਿਸ ਤਰ੍ਹਾਂ ਦੇਖੋ ਨਾ ਅਸੀਂ ਬਿੱਲ ਆਉਂਦਾ ਸਾਡਾ 3000 ਉਂਝ ਯੂਨਿਟ ਦੇ ਹਿਸਾਬ ਨਾਲ ਅਤੇ ਪੇ ਕਿੰਨਾ ਕਰਨਾ 6000 ਡਬਲ ਹੋ ਜਾਂਦਾ 1500 ਬਿੱਲ ਅਤੇ 3000 ਦੇਣਾ ਪੈਂਦਾ ਠੀਕ ਹੈ ਨਾ ਅਤੇ ਇਹ ਚੀਜ਼ਾਂ ਅਸਰ ਨਹੀਂ ਹੋਣੀਆਂ ਚਾਹੀਦੀਆਂ ਇਹ ਜਿਹੜੇ ਜਿਹੜੇ ਵੀ ਮਸ਼ਵਰੇ ਦੇਣ ਵਾਲੇ ਨੇ ਜੋ ਵੀ ਉਹਦੇ ਕੰਮ ਕਰਦੇ ਨੇ ਇਹਨਾਂ ਨੇ ਭੁਗਤਣਾ ਮਰਨ ਤੋਂ ਪਹਿਲੇ ਭੁਗਤਣਾ ਔਰ ਮਰਦਿਆਂ ਵੀ ਭੁਗਤਣਾ ਕਬਰ 'ਚ ਵੀ ਭੁਗਤਣਾ ਅਤੇ ਉੱਠਦਿਆਂ ਵੀ ਭੁਗਤਣਾ ਅਤੇ ਲਿਹਾਜ਼ਾ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਕਿ ਜਿਹੜੀ ਕਬਰ ਹੈ ਨਾ ਇਹ ਜੰਨਤ ਦੇ ਬਾਗਾਂ 'ਚੋਂ ਬਾਗ ਜਾਂ ਦੌਲਤ ਦੇ ਗੜੇ 'ਚੋਂ ਗੜਾ ਠੀਕ ਹੈ ਨਾ ਜਾਂ ਤਾਂ ਜੰਨਤ ਦੇ ਬਾਗ ਬਣ ਜਾਣਗੇ ਜਾਂ ਦੌਲਤ ਦੇ ਗੜੇ 'ਚੋਂ ਗੜਾ ਬਣ ਜਾਏਗਾ ਅਤੇ ਲਿਹਾਜ਼ਾ ਮੁਸਲਮਾਨੋ ਭਰਾਓ ਭੈਣੋ ਆਪਣੇ ਇੱਕ ਦੂਸਰੇ ਨੂੰ ਵਸੀਅਤ ਨਾ ਦਿਓ ਇਹ ਕੰਮ ਨਾ ਕਰੋ ਠੀਕ ਹੈ ਨਾ ਕਿ ਤੁਸੀਂ ਆਪਣਾ ਘਰ ਸਿੱਧਾ ਕਰ ਰਹੇ ਹੋ ਅਤੇ ਦੂਸਰਾ ਘਰ ਬਰਬਾਦ ਕਰ ਰਹੇ ਹੋ ਉਹ ਮੈਂ ਅਰਜ਼ ਕਰ ਰਿਹਾ ਸੀ ਕਿ ਉਹਨੇ ਵਿਚਾਰੀ ਦਾ ਮਸਾਲਾ ਰੱਖਿਆ ਅਤੇ ਗੈਸ ਬੰਦ ਹੋ ਗਈ ਕਿਸੇ ਨਾਲਿਆਂ ਨੇ ਇੱਧਰ ਉੱਧਰੋਂ ਉਹ ਪੰਪ ਸ਼ੰਪ ਲਾ ਲਏ ਉਹ ਗੈਸ ਖਿੱਚ ਕੇ ਲੈ ਗਏ ਹਵਾ ਨਹੀਂ ਸ਼ੁਰੂ ਹੋ ਗਈ ਮੈਨੂੰ ਦੱਸੋ ਜਿਸ ਘਰ ਸਿਲੰਡਰ ਨਹੀਂ ਹੈ ਜਾਂ ਸਿਲੰਡਰ ਦੇ ਪੈਸੇ ਨਹੀਂ ਹੈ ਉਸ ਘਰ 'ਚ ਲੜਾਈਆਂ ਸ਼ੁਰੂ ਉਹ ਬੀਵੀ ਬੰਦਾ ਕਹਿੰਦਾ ਕਿ ਤੈਨੂੰ ਮੈਂ ਲਿਆ ਕੇ ਸਬਜ਼ੀ ਪਕਾਈ ਨਹੀਂ ਉਹ ਕਿਸੇ ਪਕਾਵੇ ਵਿਚਾਰੀ ਕਿਉਂਕਿ ਗੈਸ ਹੀ ਨਹੀਂ ਆ ਰਹੀ ਠੀਕ ਹੈ ਨਾ ਅਤੇ ਪਿੱਛੋਂ ਪੁੱਛੋ ਜੀ ਗੈਸ ਆ ਰਹੀ ਹੈ ਇੱਧਰੋਂ ਪੁੱਛੋ ਤੇ ਉਹ ਗੈਸ ਕੀ ਹੈ ਕਿ ਸਾਡੇ ਪੰਪ ਹੀ ਇੰਨੇ ਲੱਗ ਚੁੱਕੇ ਨੇ ਪੂਰੇ ਏਰੀਏ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਕਿ ਆਹ ਕੋਈ ਆਪਣਾ ਆਪਣਾ ਕੰਮ ਸਿੱਧਾ ਕਰ ਰਿਹਾ ਅਤੇ ਲਿਹਾਜ਼ਾ ਇਹ ਕੰਮ ਨਾ ਕਰੋ ਮੁਸਲਮਾਨਾਂ ਵਾਲੇ ਕੰਮ ਕਰੋ ਫਲਸਤੀਨ ਨੂੰ ਬਾਅਦ 'ਚੋਂ ਵੇਖੋ ਪਹਿਲੇ ਆਪਣੇ ਆਪ ਨੂੰ ਵੇਖੋ ਹਾਂ ਫਲਸਤੀਨ ਦੇ ਪਿੱਛੇ ਜਾਣ ਵਾਸਤੇ ਤਿਆਰ ਹਾਂ ਜੀ ਇੰਝ ਫਲਸਤੀਨ ਇੰਝ ਹੋ ਰਿਹਾ ਅਤੇ ਅਸੀਂ ਆਪਸ 'ਚ ਕੀ ਦੂਸਰੇ ਦੂਸਰੇ ਨਾਲ ਕੀ ਕਰ ਰਹੇ ਹਾਂ ਅਗਰ ਕਿਸੇ ਨੂੰ ਅਸੀਂ ਨਹੀਂ ਦੇ ਸਕਦੇ ਨਾ ਕੁਛ ਖਾਣ ਪੀਣ ਨੂੰ ਨਹੀਂ ਦੇ ਸਕਦੇ ਅਚਾਨਕ ਨਬੀ ਕਰੀਮ ਸਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕ ਹੈ
ਕਿ ਅਗਰ ਘਰ ਆਪਣੇ ਸਾਲਨ ਪਕਾਓ ਤਾਂ ਥੋੜ੍ਹਾ ਸ਼ੋਰਬਾ ਜ਼ਿਆਦਾ ਕਰ ਲਓ ਤਾਂ ਕਿ ਨਮਸਾਇਆ ਨੂੰ ਵੀ ਦੂਸਰੇ ਵੀ ਦੇ ਦਿਓ ਤਾਂ ਫਿਰ ਠੀਕ ਹੈ ਅੱਜ ਕੱਲ੍ਹ ਫੀਸ ਮਾਨਾ ਇਸ ਨਾਮ ਹੈ ਕਿ ਲੋਕ ਸ਼ੱਕ ਹੀ ਬੜਾ ਕਰਦੇ ਨੇ ਅਗਰ ਕਿਸੇ ਨੂੰ ਦੇ ਦਿਓ ਤਾਂ ਉਹ ਕਹਿਣਗੇ ਪਤਾ ਨਹੀਂ ਕਿਸੇ ਪੜ੍ਹ ਕੇ ਦਿੱਤਾ ਪੜ੍ਹਾਈ ਕੀਤੀ ਹੈ ਕੋਈ ਕਾਲਾ ਇਲਮ ਕਰਦਾ ਜਾਂ ਪੀਲਾ ਇਲਮ ਕਰਦਾ ਆਪਣੀ ਹੱਥ ਤਾਂ ਨਹੀਂ ਵੇਖਣੀ ਆ ਹਾਂਜੀ ਅਤੇ ਅੱਲਾ ਦੇ ਹੁਕਮ ਤੋਂ ਬਗੈਰ ਕੁਛ ਵੀ ਨਹੀਂ ਹੋਣ ਲੱਗਾ ਮੇਰਾ ਤਾਂ ਇਮਾਨ ਹੈ ਅਲਹਮਦੁਲਿਲਲਾਹ ਅਤੇ ਲਿਹਾਜ਼ਾ ਇਹ ਜਿਹੜੇ ਮਾਮਲਾਤ ਨੇ ਇਹਨੂੰ ਜਰਾ ਥੋੜ੍ਹਾ ਜਿਹਾ ਸੁਨੇਗੀ ਨਾ ਵੇਖੋ ਇਹ ਬਿਜਲੀ ਚੋਰਾਂ ਵਾਸਤੇ ਵੀ ਹੈ ਪਾਣੀ ਚੋਰਾਂ ਵਾਸਤੇ ਵੀ ਹੈ ਔਰ ਮੁਲਕ ਦੇ ਜਿੰਨੇ ਵੀ ਚੋਰ ਨੇ ਸਭ ਚੋਰਾਂ ਵਾਸਤੇ ਵੀ ਹੈ ਖਸੂਸਨ ਜਿਹੜੇ ਅੱਜ ਕੱਲ੍ਹ ਕੰਮ ਲਾ ਰਹੇ ਨੇ ਐਜ਼ ਏ ਸੂਈ ਗੈਸ ਦੇ ਉਹਨਾਂ ਵਾਸਤੇ ਬਿਹਤਰੀਨ ਮੈਂ ਜਿਹੜਾ ਉਹਨਾਂ ਵਾਸਤੇ ਰਿਕੁਐਸਟ ਕਰਨਾ ਹੱਥ ਜੋੜ ਕੇ ਰਿਕੁਐਸਟ ਕਰਨਾ ਕਿ ਗਰੀਬਾਂ ਦਾ ਖਿਆਲ ਕਰੋ ਅਗਰ ਤੁਸੀਂ ਗਰੀਬਾਂ ਨੂੰ ਨਹੀਂ ਦੇ ਸਕਦੇ ਨਾ ਤਾਂ ਉਹਨਾਂ ਦੀ ਗੈਸ ਵੀ ਮੰਗ ਲਓ ਅਸੀਂ ਪਿਛਲੇ ਨੂੰ ਗਾਲਾਂ ਕੱਢਦੇ ਹਾਂ ਕਿ ਜੀ ਉਹ ਗੈਸ ਨਹੀਂ ਆ ਰਹੀ ਪਿੱਛੇ ਨਹੀਂ ਆ ਰਹੀ ਕਿ ਸਾਰੇ ਆਪਣੇ ਲੱਗੇ ਨੇ ਜਦੋਂ ਚਲਾਓ ਚੁੱਲ੍ਹਾ ਗੈਸ ਮੇਰਾ ਆਪਣਾ ਤਜਰਬਾ ਲੋਕ ਤਾਂ ਮੈਨੂੰ ਕਹਿੰਦੇ ਨੇ ਕਿ ਅੱਜ ਸਾਹਿਬ ਤੁਸੀਂ ਬੜਾ ਤਬਲੀਗੀ ਬਿਆਨ ਕਰ ਰਹੇ ਹੋ ਤਾਂ ਇਹ ਵੀ ਕਰੋ ਅਤੇ ਮੈਂ ਉਹਨੂੰ ਪਤਾ ਡਰ ਰਿਹਾ ਮੈਂ ਤਾਂ ਗੱਲ ਕਰਾਂਗਾ ਹੱਥ ਦੀ ਗੱਲ ਕਰ ਰਹੇ ਹੋ ਤੁਸੀਂ ਮੈਂ ਹੱਥ ਦੀ ਗੱਲ ਕਰਾਂਗਾ ਹੱਥ ਦੀ ਗੱਲ ਹੈਗੀ ਹੈ ਅਤੇ ਲਿਹਾਜ਼ਾ ਇਹਨਾਂ ਚੀਜ਼ਾਂ ਤੋਂ ਬਚੋ ਅਗਰ ਕਿਸੇ ਨੂੰ ਵੀ ਤੁਸੀਂ ਨਹੀਂ ਅਗਰ ਗੈਸ ਦਾ ਸਿਲੰਡਰ ਲੈ ਕੇ ਦੇ ਸਕਦੇ ਭਰ ਕੇ ਦੇ ਸਕਦੇ ਅਤੇ ਆਪਣੇ ਗੀਜ਼ਰਾਂ ਦੀ ਖਾਤਰ ਜਾਂ ਆਪਣੇ ਕੋਈ ਐਸੇ ਵੈਸੇ ਕੰਮ ਦੀ ਖਾਤਰ ਕੋਈ ਵੀ ਭਾਵਿਆਂ ਦੀ ਖਾਤਰ ਜੋ ਵੀ ਤੁਸੀਂ ਹੈਵੀ ਕੰਮ ਕਰਨੇ ਹੁੰਦੇ ਨੇ ਉਹਦੀ ਖਾਤਰ ਗੁਰੂਜਿਆਂ ਦਾ ਗੈਸ ਨਾ ਬੰਦ ਕਰੋ ਦੂਸਰੇ ਵਾਸਤੇ ਅਜ਼ੀਅਤ ਨਾ ਬਣੋ ਇਹਦਾ ਅਜਰ ਜਿਹੜਾ ਨਾ ਇਹਦਾ ਅਜ਼ਾਬ ਜਿਹੜਾ ਬੜਾ ਭੈੜਾ ਜੇ ਅਤੇ ਜੇ ਤੁਸੀਂ ਅੱਛੇ ਕੰਮ ਕਰੋਗੇ ਤਾਂ ਇਹਦਾ ਅਜਰ ਬੜਾ ਸੋਹਣਾ ਹੈ ਠੀਕ ਹੈ ਨਾ ਅਤੇ ਅੱਲਾਹ ਤਾਲਾ ਸਾਨੂੰ ਮੁਸਲਮਾਨਾਂ ਦੇ ਨਾਲ ਆਪਣਾ ਸਭ ਤੋਂ ਪਹਿਲੇ ਹਜ਼ੂਰ ਨਬੀ ਕਰੀਮ ਸੱਲਾ ਸਲਮ ਨੇ ਫਰਮਾਇਆ ਮੈਂ ਮੁਸਲਮਾਨਾਂ ਦੀ ਗੱਲ ਕਰਨ ਲੱਗਾ ਜੀ ਪਹਿਲੇ ਮੈਂ ਤੁਹਾਨੂੰ ਅਜ਼ੀਸ਼ੀ ਸੁਣਾ ਦਿਆਂ ਸਰਕਾਰ ਸੱਲਾ ਸਲਮ ਫਰਮਾਇਆ ਕਿ ਜੰਨਤ 'ਚ ਨਹੀਂ ਜਾਏਗਾ ਜੰਨਤ 'ਚ ਨਹੀਂ ਜਾਏਗਾ ਜੰਨਤ 'ਚ ਨਹੀਂ ਜਾਏਗਾ ਸੋ ਆਪਣੇ ਅਸੀਂ ਕਿਹਾ ਯਾਰ ਸੱਲਾ ਸਲਮ ਕੌਣ ਜੰਨਤ 'ਚ ਨਹੀਂ ਜਾਏਗਾ ਆਪਣੇ ਫਰਮਾਇਆ ਜਿਹੜਾ ਹਮਸਾਇਆ ਹਮਸਾਇਆ 'ਚ ਤੰਗ ਹੋਵੇ ਅਤੇ ਹਮਸਾਏ ਦੇ ਕੋਲ ਪਤਾ ਕਿੰਨੇ ਨੇ ਹਮਸਾਇਆ 40 ਘਰ ਮਸ਼ਰਕ ਮਗਰਬ ਸ਼ਮਾਲ ਜਨੂਬ 40 ਘਰ ਇੱਧਰ ਉੱਧਰ ਉੱਧਰ ਚਾਰੋਂ ਪਾਸੇ 40-40 ਘਰ ਇਹ ਹਮਸਾਈ ਹੈ ਅਤੇ ਜਿਹੜੇ ਇਸ ਇੱਕ ਘਰ ਦੇ ਵਿੱਚ 5-5 ਫੈਮਲੀਆਂ 6-6 ਫੈਮਲੀਆਂ 7-7 ਫੈਮਲੀਆਂ ਰਹਿ ਰਹੀਆਂ 5-4 ਫੈਮਲੀਆਂ ਰਹਿ ਰਹੀਆਂ 2-2 ਫੈਮਲੀਆਂ 3-3 ਜਿੰਨੀਆਂ ਵੀ ਰਹਿ ਰਹੀਆਂ 10-10 ਫੈਮਲੀਆਂ ਕਈਆਂ ਘਰਾਂ 'ਚ ਰਹਿ ਰਹੇ ਕਈ ਪੇ ਉਹ ਸਭ ਤੋਂ ਪਹਿਲੇ ਉਹ ਹਮਸਾਏ ਤੁਸੀਂ ਆਪਸ ਦੇ ਵਿੱਚ ਜਿਹੜਾ ਨਾ ਇੱਕ ਦੂਸਰੇ ਨੂੰ ਅਜ਼ੀਅਤ ਨਾ ਦਿਓ ਜਿਹੜਾ ਜਿਹੜਾ ਉਹ ਕਰ ਰਿਹਾ ਖਾ ਰਿਹਾ ਆਪਣਾ ਆਪਣੇ ਨਸੀਬ ਖਾ ਰਿਹਾ ਉਹ ਖਾ ਲੈਂਦੇ ਮਗਰ ਇੰਜ ਕਰਕੇ ਅਜ਼ੀਅਤ ਨਾ ਦਿਓ ਜੋ ਆਉਂਦਾ ਵੇ ਠੀਕ ਹੈ ਜਿੰਨੀ ਗੈਸ ਜਿਹਦੇ ਕੋਲ ਪਹੁੰਚ ਰਹੀ ਹੈ ਉਹ ਠੀਕ ਹੈ ਜੇ ਪੰਪ ਲਾਉਣੇ ਨੇ ਤਾਂ ਪੰਪ ਵਾਸਤੇ ਸਭ ਕੋਲ ਪੈਸੇ ਗਏ ਅਤੇ ਗੱਲ ਫਿਰ ਹੋਈ ਇੱਕ ਬੰਦਾ ਖੂਹ 'ਚ ਡਿੱਗ ਰਿਹਾ ਦੋ ਸਗਲੇ ਪਾਸੇ ਜਾ ਰਿਹਾ ਅਤੇ ਕਿਹਾ ਤੁਸੀਂ ਵੀ ਸਮਝੋਗੇ ਕਿ ਅਸੀਂ ਵੀ ਦੋ ਸਗਲੇ ਪਾਸੇ ਜਾਈਏ ਅਸੀਂ ਦੋ ਸਗਲੇ ਪਾਸੇ ਨਹੀਂ ਜਾਵਾਂਗੇ ਅਸੀਂ ਅੱਛੇ ਵਾਲੇ ਪਾਸੇ ਜਾਵਾਂਗੇ ਅਤੇ ਲਿਹਾਜ਼ਾ ਦੁਨੀਆਦਾਰੀ ਛੱਡ ਦਿਓ ਦੀਨ ਦੇ ਪਾਸੇ ਆਓ ਨਮਾਜ਼ ਪੜ੍ਹਿਆ ਕਰੋ ਪੁਰਾਣੇ ਪਾਕ ਪੜ੍ਹਿਆ ਕਰੋ ਹਜ਼ੂਰ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਨਾਲ ਮੁਹੱਬਤ ਕਰੋ ਅੰਨੇ ਵਾ ਮੁਹੱਬਤ ਕਰੋ ਉਹਨਾਂ ਦੀ ਆਲ ਨਾਲ ਮੁਹੱਬਤ ਕਰੋ ਉਹਨਾਂ ਦੇ ਸਵਾਬਾਂ ਨਾਲ ਮੁਹੱਬਤ ਕਰੋ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਹੈ ਅਸੀਂ ਅੱਲਾਹ ਦੇ ਮਾਹਦਾ ਉਲਾ ਸ਼ਰੀਫ ਮੰਨ ਕੇ ਅਤੇ ਅੱਲਾਹ ਦੇ ਪਿਆਰੇ ਹਬੀਬ ਨੂੰ ਵੀ ਮੰਨਿਆ ਉਹਨਾਂ ਦੀ ਆਲ ਨੂੰ ਵੀ ਮੰਨਿਆ ਪੰਜ ਤਨ ਪਾਕ ਨੂੰ ਵੀ ਮੰਨਿਆ ਸ਼ੋਹਦਾ ਗਰਬਾ ਗੁਲਾਮ ਨੂੰ ਵੀ ਮੰਨਿਆ ਸਵਾਬਾ ਇਕਰਾਮ ਨੂੰ ਵੀ ਮੰਨਿਆ ਸਵਾਬਿਆਜ਼ ਨੂੰ ਮੰਨਿਆ ਤਾਬੀਨ ਤਬਾ ਤਾਬੀਨ ਖੁਲਫਾ ਰਾਸ਼ਿਦੀਨ ਨੂੰ ਮੰਨਿਆ ਸਭ ਨੂੰ ਮੰਨਿਆ ਔਰ ਅੱਲਾਹ ਦੇ ਵਲੀਆਂ ਨੂੰ ਵੀ ਮੰਨਿਆ ਗੋਸਾ ਖੁਦਬਾ ਨੂੰ ਵੀ ਮੰਨਿਆ ਅਸੀਂ ਉਹਨਾਂ ਰੱਬ ਨਹੀਂ ਮੰਨਦੇ ਅੱਲਾਹ ਦਾ ਵਲੀ ਮੰਨਦੇ ਹਾਂ ਠੀਕ ਹੈ ਨਾ ਅੱਲਾਹ ਦੇ ਵਲੀ ਕੋਲ ਅਸੀਂ ਕੀ ਵਲੀਆਂ ਦਾ ਕੀ ਸਿਸਟਮ ਚੱਲਿਆ ਹੋਇਆ ਹਾਂਜੀ ਉਹ ਆਪਣੇ ਪੀਰਾਂ ਦੀ ਕਰਾਮਾਤਾਂ ਸੁਣਾਈ ਜਾ ਰਹੇ ਉਹ ਜੀ ਸਾਡੇ ਪੀਰ ਨੇ ਇੰਝ ਕਰਤਾ ਸਾਡੇ ਪੀਰ ਨੇ ਇੰਝ ਕਰਤਾ ਉਹ ਅੱਲਾਹ ਦੇ ਬੰਦੇ ਉਹ ਪੀਰਾਂ ਦੀ ਕਰਾਮਾਤਾਂ ਨਾ ਸੁਣਾਇਆ ਕਰੋ ਅੱਲਾਹ ਦਾ ਸਾਡੇ ਪੀਰ ਨੇ ਅੱਲਾਹ ਦਾ ਜ਼ਿਕਰ ਇਹ ਕੀਤਾ ਸਾਡੇ ਪੀਰ ਨੇ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਇਹ ਸ਼ਾਨ ਬਿਆਨ ਕੀਤੀ ਖਤਮੇ ਨਬੂਵਤ 'ਤੇ ਪਹਿਰਾ ਦਿੱਤਾ ਖਤਮੇ ਨਬੂਵਤ ਨਾਲ ਖਤਮੇ ਨਬੂਵਤ ਨਾਲ ਮੁਹੱਬਤ ਕੀਤੀ ਉਹ ਸ਼ਹੀਦ ਖਤਮੇ ਨਬੂਵਤ ਹੈ ਨਾਮੂਸੇ ਖਤਮੇ ਰਸਾਲਤ ਅਸੀਰੇ ਖਤਮੇ ਨਬੂਵਤ ਨੇ ਸਾਡੇ ਪੀਰ ਇਹ ਜਿਹੀਆਂ ਗੱਲਾਂ ਕਰੋ ਨਾ ਕਿ ਤੁਸੀਂ ਪੀਰਾਂ ਦੀ ਉਹ ਪੀਰ ਸਾਹਿਬ ਕਹਿੰਦੇ ਸੀ ਜੀ ਉਹ ਇੰਝ ਆਈ ਜੀ ਬੁੱਢੀ ਆਈ ਜਾਂ ਬੰਦਾ ਆਇਆ ਹੋਇਆ ਨਹੀਂ ਕਿਤਾ ਫੂਕ ਮਾਰੀ ਜਿਹਨੂੰ ਘੱਟਦਾ ਫਲਾਣਾ ਘੱਟਦਾ ਜਿੰਨਾ ਨਹੀਂ ਅੱਲਾ ਮਾਫ਼ੀ ਦੇ ਗਏ ਨੇ ਸੜਕਾਂ 'ਤੇ ਫਿਰਨ ਡੇ ਘੱਟ ਇਹ ਚੀਜ਼ਾਂ ਨੇ ਜਿੰਨਾ ਜਿੰਨਾ ਹੈ ਨੇ ਸਾਰਾ ਕੁਛ ਹੈ ਨੇ ਮਗਰ ਅੱਲਾ ਦੇ ਹੁਕਮ ਦੇ ਬਗੈਰ ਤੁਹਾਨੂੰ ਕੋਈ ਨਹੀਂ ਬੰਦਿਆਂ ਨੂੰ ਗੰਦੀਆਂ ਚੀਜ਼ਾਂ ਚਿੰਬੜਦੀਆਂ ਚੰਗੀਆਂ ਨੂੰ ਚੁੱਕੀਆਂ ਚੀਜ਼ਾਂ ਚਿੰਬੜਦੀਆਂ ਠੀਕ ਹੈ ਨਾ ਆਪਣੇ ਆਪ ਨੂੰ ਪਾਕ ਸਾਹਿਬ ਰੱਖਿਆ ਕਰੋ ਪਾਕ ਸਾਹਿਬ ਰੱਖੋ ਅਤੇ ਇਨਸ਼ਾ ਅੱਲਾ ਪਾਕ ਸਾਹਿਬ ਲਓਗੇ ਜੇ ਗੰਦੇ ਰੱਖੋਗੇ ਤਾਂ ਫਿਰ ਠੀਕ ਹੈ ਫਿਰ ਗੰਦੀਆਂ ਚੀਜ਼ਾਂ ਨੇ ਆਉਣੀਆਂ ਤੁਹਾਡੇ ਕੋਲ ਠੀਕ ਹੈ ਨਾ ਜੀ ਅਤੇ ਕਹਿੰਦੇ ਉਹੀ ਕਹਿੰਦੇ ਰਸ਼ ਕਾਹਦਾ ਫਿਰ ਕਿਉਂ ਇੰਨਾ ਬੰਦਾ ਰਸ਼ ਫਿਰ ਮੈਂ ਅੱਗੇ ਹਰ ਵਾਰੀ ਦੱਸਣਾ ਹੁੰਦਾ ਕਿ ਉਹ ਮਿੱਠੇ ਦੇ ਵੀ ਰਸ਼ ਹੁੰਦਾ ਅਤੇ ਗੰਦਗੀ ਦੇ ਵੀ ਰਸ਼ ਦੱਸੋ ਨਾ ਕਿ ਜਿਹੜਾ ਗੰਦ ਸੁੱਟਿਆ ਹੁੰਦਾ ਵੀ ਅਸੀਂ ਉਹ ਗੰਦ ਦੇ ਮੱਖੀਆਂ ਪੈਂਦੀਆਂ ਨੇ ਦੱਸੋ ਪੈਂਦੀਆਂ ਨੇ ਅਤੇ ਫਿਰ ਮਿੱਠੇ ਦੇ ਵੀ ਪੈਂਦੀਆਂ ਨੇ ਹਾਂ ਮਿੱਠੇ ਉਹ ਮਿੱਠੇਲੀਆਂ ਨੇ ਉਹ ਸਹੀ ਨੇ ਹਾਂਜੀ ਅਤੇ ਉਹ ਗੰਦ ਨਹੀਂ ਗੰਦ ਨਹੀਂ ਮੱਖੀਆਂ ਨੇ ਗੰਦ ਉਹ ਗੰਦ ਖੁਸ਼ ਹੋਈਆਂ ਨੇ ਖਾ ਕੇ ਗੰਦ ਖਾ ਕੇ ਖੁਸ਼ ਇਹ ਮਿੱਠਾ ਖਾ ਕੇ ਖੁਸ਼ ਅਤੇ ਲਿਹਾਜ਼ਾ ਜਿਹੜੇ ਹੱਕ ਖਾ ਕੇ ਖੁਸ਼ ਹੁੰਦੇ ਨੇ ਉਹ ਹੱਕਦੇ ਜਾਂਦੇ ਨੇ ਅਤੇ ਜਿਹੜੇ ਅੱਲਾ ਮਾਫ਼ੀ ਬਾਸਲ ਵਾਲੇ ਪਾਸੇ ਹੁੰਦੇ ਨੇ ਅਤੇ ਉਹ ਬਸ ਵਾਲੇ ਪਾਸੇ ਟੁੱਟਦੇ ਨੇ ਇਹ ਚੀਜ਼ਾਂ ਨੇ ਇਹ ਗੱਲਾਂ ਬਾਤਾਂ ਨੇ ਥੋੜ੍ਹਾ ਜਿਹਾ ਨਾ ਇਹਨਾਂ ਚੀਜ਼ਾਂ ਨੂੰ ਗੌਰ ਕਰਿਆ ਕਰੋ
ਆਪਾਂ ਚ ਸਭ ਤੋਂ ਪਹਿਲੇ ਆਪਣੇ ਮੀਆਂ ਬੀਵੀ ਦਾ, ਮੀਆਂ ਬੀਵੀ ਬਾਲ ਬੱਚਿਆਂ ਦਾ ਖਿਆਲ ਕਰੋ, ਭੈਣਾਂ ਭਰਾਵਾਂ ਮਾਂ ਬਾਪ ਦਾ ਖਿਆਲ ਕਰੋ, ਅਸੀਂ ਜੋ ਘਰ ਰਿਸ਼ਤੇਦਾਰਾਂ ਦਾ ਮਸਾਇਆਂ ਦਾ ਖਿਆਲ ਕਰੋ, ਠੀਕ ਹੈ ਨਾ। ਅਗਰ ਤੁਹਾਡੇ ਤੋਂ ਕੋਈ ਦੂਰ ਹੋਣਾ ਚਾਹੁੰਦਾ, ਦੂਰ ਦਾ ਮਤਲਬ ਇਹ ਕਿ ਤੁਸੀਂ ਅਗਰ ਤੋਂ ਕਿਸੇ ਤੋਂ ਤੰਗ ਹੋ ਕੋਈ, ਯਾਰ ਮੈਨੂੰ ਇਹਦਾ ਸ਼ਰ ਜਿਹੜਾ ਨਾ ਮੈਨੂੰ ਬੁਰਾਈ ਵਾਲੇ ਪਾਸੇ ਲਿਜਾ ਰਿਹਾ, ਤਾਂ ਉਸਦੇ ਪਿੱਛੋਂ ਆ ਕੋਈ ਅੱਡਣੀ ਰਿਸ਼ਾ ਹੈ ਨਾ, ਰਿਸ਼ਤੀ ਹੈ ਵੇ ਕਿ ਜੀ ਜਿਹੜਾ ਆਪਣਿਆਂ ਨੂੰ, ਜਿਹੜਾ ਹਮਸਾਇਆਂ ਨੂੰ ਜਾਂ ਕੋਈ ਰਿਸ਼ਤੇਦਾਰਾਂ ਨੂੰ ਛੱਡੇਗਾ, ਰਿਸ਼ਤੇਦਾਰੀ ਤੋੜੇਗਾ, ਉਹਨੂੰ ਬੇਸ਼ੱਕ ਅਸੀਂ ਮੰਨਦੇ ਰਿਸ਼ਤੇ, ਅਸੀਂ ਕਹਿੰਦੇ ਹਾਂ ਤੁਹਾਨੂੰ, ਮਗਰ ਇੱਕ ਰਿਸ਼ਤੇਦਾਰ ਤੁਹਾਨੂੰ ਜਾਂ ਅਜ਼ੀਜ਼ ਤੁਹਾਨੂੰ ਅਜ਼ੀਅਤ ਦੀ ਅਜ਼ੀਅਤ ਹੀ ਪਹੁੰਚਾਈ ਆ ਰਿਹਾ, ਤੁਹਾਨੂੰ ਉਸ ਤੋਂ ਫਾਇਦਾ ਮਫਾਦ ਹੀ ਕੋਈ ਨਹੀਂ, ਤੁਹਾਨੂੰ ਹਰ ਪਾਸੋਂ ਤੁਹਾਨੂੰ ਵੱਢ ਰਿਹਾ, ਤੁਹਾਨੂੰ ਹਰ ਪਾਸੇ ਪਰੇਸ਼ਾਨ ਕਰ ਰਿਹਾ, ਤਾਂ ਤੁਸੀਂ ਉਸ ਤੋਂ ਦੂਰ ਰਹਿ ਸਕਦੇ। ਹਾਂਜੀ, ਤੁਸੀਂ ਉਸ ਤੋਂ ਫੀਸ ਮਾਨਾ ਉਸ ਤੋਂ ਦੂਰ ਰਹੋ। ਔਰ ਸ਼ਰੀਫ ਸਰਕਾਰ ਦੀ ਹੈ ਕਿ ਇਮਾਨ ਵਾਲਾ ਮੋਮਿਨ ਆਦਮੀ, ਇਮਾਨ ਵਾਲਾ ਇੱਕ ਸੁਰਾਖ 'ਚ ਦੋ ਵਾਰੀ ਨਹੀਂ ਡਿੱਗਿਆ। ਹਾਂਜੀ, ਇੱਕ ਸੁਰਾਖ 'ਚ ਦੋ ਵਾਰੀ ਨਹੀਂ ਡਿੱਗਿਆ ਜਾਏਗਾ। ਇੱਕ ਸੁਰਾਖ ਦੇ ਵਿੱਚੋਂ ਅਗਰ ਉਹਨੂੰ ਡੰਗ ਲੱਗਿਆ ਨਾ, ਦੁਬਾਰਾ ਉਸ ਸੁਰਾਖ ਦੇ ਉੱਤੇ ਅਗਰ ਉਹ ਹੱਥ ਰੱਖੇਗਾ ਨਾ, ਤਾਂ ਬੇਵਕੂਫੀ ਕਿ ਦੁਬਾਰਾ ਸਮਝੇ ਕਿ ਲੈ ਵੀ ਇਹ ਨਹੀਂ ਹੋ ਸਕਦਾ ਕੋਈ ਜਾਨਵਰ, ਨਹੀਂ ਉੱਥੇ ਤੁਹਾਨੂੰ ਡੰਗ ਲੱਗ ਗਿਆ, ਉਸ ਤੋਂ ਬਚੋ। ਇਸ ਚੀਜ਼ ਨੂੰ ਡੰਗ ਲੱਗਦਾ ਉਸ ਤੋਂ ਬਚੋ, ਜਿੱਥੋਂ ਤੁਹਾਨੂੰ ਅੱਲਾਹ ਦੇ ਉਹਦੇ ਦੇਖੋ ਨਾ, ਹਜ਼ੂਰ ਨਬੀ ਕਰੀਮ ਸੱਲਾ ਸਲਮ ਅੱਲਾ ਅੱਲਾ ਹਰ ਕੋਈ ਕਰਦੇ, ਉਹਨਾਂ ਮੈਚ ਚੱਲ ਰਹੇ ਨੇ, ਹਰ ਕੋਈ ਅੱਲਾਹ ਵੇਖ ਰਿਹਾ, ਉਹ ਵੀ ਅੱਲਾਹ ਅੱਲਾਹ ਕਰ ਰਹੇ ਨੇ, ਸਰ ਕੋਈ ਗੋੜ ਕਹਿ ਰਿਹਾ, ਕੋਈ ਅੱਲਾਹ ਕਹਿ ਰਿਹਾ, ਕੀ ਕਹਿ ਰਿਹਾ। ਮਗਰ ਹਜ਼ੂਰ ਨਬੀ ਕਰੀਮ ਅਲੈਹ ਸਲਾਤੁ ਵਸਲਾਮ ਨੂੰ ਮੁਹੰਮਦ ਜਿਹੜੀ ਹੈ, ਉਹ ਆਪਦੀ ਆਲ ਨਾਲ ਮੁਹੱਬਤ, ਆਪਦੇ ਸੁਹਾਬਾਂ ਨਾਲ ਮੁਹੱਬਤ, ਉਹ ਜਿਹੜੀ ਨਾ ਬਹੁਤ ਮੁਸ਼ਕਲ ਹੈ, ਠੀਕ ਹੈ ਨਾ। ਅਤੇ ਲਿਹਾਜ਼ਾ ਸੁਣਿਓ, ਗੱਲਾਂ ਇਹੀ ਨੇ ਕਿ ਆਪਸ ਦੇ ਆਪਣੀ ਆਖਰੀ ਦੀ ਫਿਕਰ ਕਰੋ, ਚੰਗੇ ਰਾਏ ਲਾਣੇ, ਕਹਿੰਦੇ ਭਲੇ ਦਾ ਸਮਾਂ ਕੋਈ ਨਹੀਂ ਜੀ, ਭਲੇ ਦਾ ਸਮਾਂ ਹੀ ਕੋਈ ਨਹੀਂ, ਕਿਉਂ ਨਹੀਂ ਗਾ ਯਾਰ, ਤੁਸੀਂ ਭਲਾ ਹੀ ਕਰਨੇ ਆ ਦੋ ਨੰਬਰਾਂ ਨਾਲ। ਇੱਕ ਬੰਦੇ ਹੱਕਦਾਰ ਵਿਚਾਰੀ ਬੇਵਾ ਘਰ ਬੈਠੀ ਹੈ, ਬੇਵਾ ਕੋਈ ਮਜਬੂਰ ਜਿਹੜੀ ਬਾਹਰ ਨਹੀਂ ਆਉਂਦੀ, ਤੁਸੀਂ ਉਹਨੂੰ ਨਹੀਂ ਦਿੰਦੇ, ਜਿਹੜੀ ਬਾਹਰ ਫਿਰਦੀ ਪਈ ਹੈ, ਹਰ ਘਰ 'ਚ ਮੰਗਦੀ ਪਈ ਹੈ, ਉਹ ਕਹਿੰਦੀ ਮੈਂ ਬੇਵਾ, ਉਹਨੂੰ ਦੇ ਜਾਂਦੇ। ਥੋੜ੍ਹਾ ਨਾ ਆਪਣਾ ਮਿਆਰ ਬਣਾਓ, ਖਿਦਮਤ ਦਾ ਮਿਆਰ ਬਣਾਓ, ਜਿਹੜੇ ਸਫੈਦ ਪੋਸ਼ ਲੋਕ ਨੇ ਨਾ। ਹਾਂਜੀ, ਇੱਕ ਬੰਦਾ ਕਹਿੰਦਾ ਕਿ ਮੇਰੇ ਬਿੱਲ ਜਮ੍ਹਾਂ ਹੋਣਾ ਜੀ, ਮੈਨੂੰ ਪੈਸੇ ਦਿਓ 3,000 ਰੁਪਏ ਮੈਨੂੰ ਚਾਹੀਦਾ, ਉਹਨੂੰ ਤੁਸੀਂ 500 ਰੁਪਏ ਦੇ ਕੇ ਟਾਲ ਦਿੰਦੇ, ਉਹਦਾ ਬਿੱਲ ਤਾਂ ਨਾ ਜਮ੍ਹਾਂ ਹੋਇਆ, ਜੁਰਮਾਨਾ ਤਾਂ ਉਹਨੂੰ ਫਿਰ ਪੈ ਗਿਆ। ਅਤੇ ਲਿਹਾਜ਼ਾ ਇਹ ਚੀਜ਼ਾਂ ਜਿਹੜੀਆਂ ਨੇ, ਇਹ ਥੋੜ੍ਹਾ ਗੌਰ ਕਰਿਆ ਕਰੋ, ਕੋਈ ਮਦਦ ਕਰਨੀ ਹੈ ਤਾਂ ਪੂਰੀ ਕਰੋ ਮਦਦ, ਤਾਂ ਕਿ ਉਹਦਾ ਉਹਨੂੰ ਬਿੱਲ ਫੜ ਲਓ, ਉਹਨੂੰ ਚਾਹੀਦੀ ਜਮ੍ਹਾਂ ਕਰਾ ਦਿੰਦੇ। ਹਾਂ, ਤੁਹਾਨੂੰ ਇੱਕ ਬੰਦਾ ਲੱਗ ਰਿਹਾ ਕਿ ਯਾਰ ਮੰਗਦਾ ਹੀ ਹੈ, ਮੰਗਦਾ ਹੀ ਰਹਿੰਦਾ, ਇਹ ਚੰਗਾ ਭਲਾ ਵੇ, ਤਾਂ ਫਿਰ ਠੀਕ ਹੈ ਨਾ। ਅਤੇ ਅੱਜ ਕੱਲ੍ਹ ਮੈਂ ਤੁਸੀਂ ਦੱਸੋ, ਅਸੀਂ ਦੱਸੀਏ, ਅਸੀਂ ਕੀ ਕਰਨੇ ਹਾਂ, ਸਾਡੇ ਕੋਈ ਪੈਸੇ ਪਏ ਹੁੰਦੇ ਨੇ, ਘਰ ਖਰਚੀ ਪਿਆ ਵੇ, ਜਦੋਂ ਕੋਈ ਭੈਣ ਭਰਾ ਮੰਗ ਲੈਂਦਾ, ਕੋਈ ਕਰ ਲੈਂਦਾ, ਅਸੀਂ ਕਹਿੰਦੇ ਹੈ ਹੀ ਨਹੀਂ। ਅਤੇ ਜਿੱਥੇ ਅਟੈਕ ਹੁੰਦਾ ਜਾਂ ਜਿੱਥੇ ਕੋਈ ਆਪਣੇ ਆਪ ਨੂੰ ਅੱਲਾ ਮਾਫੀ ਦੇ ਆਪਰੇਸ਼ਨ ਹੁੰਦੇ ਨੇ, ਉਹ ਸਾਰਾ ਪੈਸਾ 4-4, 5-5 ਲੱਖ ਰੁਪਏ ਨਿਕਲਦਾ, ਉਹ ਕਿੱਥੋਂ ਨਿਕਲਦਾ ਮੈਂ ਦੱਸੋ, ਉਹ ਇਸ ਵੇਲੇ ਨਿਕਲਦਾ ਵੇ ਕਿ ਆਪਣੇ ਪਾਸੇ ਹੈ, ਕਿਸੇ ਪਾਸੇ ਹੈ। ਅਤੇ ਲਿਹਾਜ਼ਾ ਸੁਣਿਓ, ਇੰਨਾ ਕਰੋ, ਹਰ ਕੋਈ ਬੰਦਾ ਜਿਹੜਾ ਨਾ ਆਪਣੇ ਤੋਂ ਉਮੀਦ ਰੱਖਦਾ, ਚੰਗੀਆਂ ਬੰਦੇ ਤੋਂ ਉਮੀਦ ਰੱਖਦਾ, ਇਨਸਾਨ ਇਨਸਾਨ ਦਾ ਦਾਰੂ ਹੈ, ਇਨਸਾਨ ਇਨਸਾਨ ਅੱਲਾ ਨੇ ਆ ਕੇ ਖੁਦ ਨਹੀਂ ਬਣਾਉਣਾ ਤੁਹਾਨੂੰ, ਇਨਸਾਨ ਦੇ ਥਰੂ ਹੀ ਮਦਦ ਕਰਾਉਣਾ, ਠੀਕ ਹੈ ਨਾ, ਫਰਿਸ਼ਤਿਆਂ ਦੇ ਥਰੂ ਕਰਾਏਗਾ ਜਾਂ ਇਨਸਾਨ ਦੇ ਥਰੂ ਕਰਾਏਗਾ। ਅਤੇ ਲਿਹਾਜ਼ਾ ਅਸੀਂ ਇੰਨੇ ਚੰਗੇ ਹੈ ਨਹੀਂ ਜਿਹੜੇ ਅਸੀਂ ਫਰਿਸ਼ਤੇ ਵੇਖ ਲਈਏ, ਅਸੀਂ ਆਹੀ ਗੰਦੇ ਹਾਂ, ਅਤੇ ਗੰਦੇ ਮੰਦੇ ਹਾਂ, ਫਰਿਸ਼ਤੇ ਕਿੱਥੇ ਆਉਂਦੇ, ਠੀਕ ਹੈ ਨਾ। ਅਤੇ ਲਿਹਾਜ਼ਾ ਮਖਲੂਕ ਨਹੀਂ, ਇੱਕ ਦੂਸਰੇ ਦੇ ਅਸੀਂ ਕੰਮ ਆਉਣਾ, ਅੱਲਾ ਦੇ ਦਿਲਾਂ 'ਚ ਰਹਿਮ ਪਾਉਣਾ ਹੁੰਦਾ, ਅਤੇ ਅਸੀਂ ਦੂਸਰੇ ਦਾ ਖਿਆਲ ਕਰੀਏ, ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ, ਮੁਨਾਫਕਤਾਂ ਤੋਂ, ਨਫ਼ਰਤਾਂ ਤੋਂ ਦੂਰ ਰਹੀਏ। ਅਤੇ ਇੱਕ ਬੰਦਾ ਅਗਰ ਚੁੱਪ ਕਰਕੇ ਖਾਮੋਸ਼ੀ ਜਿਹੜੀ ਨਾ, ਉਹਦੀ ਬੜੀ ਵੱਡੀ ਚੀਜ਼ ਹੁੰਦੀ, ਯਾਦ ਰੱਖਣਾ। ਹਾਂਜੀ, ਪਰ ਡਰਿਆ ਕਰੋ, ਜਿਹੜਾ ਬੰਦਾ ਖਾਮੋਸ਼ ਰਹਿੰਦਾ ਨਾ, ਕਿਸੇ ਨੂੰ ਕੁਛ ਨਹੀਂ ਕਹਿੰਦਾ, ਉਹ ਨਾ ਸਮਝੋ ਡਰ ਗਿਆ, ਤੁਸੀਂ ਆਪ ਡਰੋ ਕਿ ਕਿਸੇ ਅੱਲਾਹ ਦੇ ਅੱਗੇ ਸ਼ਿਕਾਇਤ ਨਾ ਲਾ ਦੇ ਤੁਹਾਨੂੰ। ਹਾਂਜੀ, ਰੱਬ ਉਹਦੇ ਕੋਲ ਹੈਗਾ। ਹਾਂਜੀ, ਨਖ ਨੂੰ ਅਫਰਾਬੂ ਇਹਨੇ ਹਬਲਿਲ ਬਰੀਦ, ਅੱਲਾਹ ਤਾਲਾ ਤੁਹਾਡੀ ਸ਼ਾਹਰਤ ਵੀ ਕਰੀਬ। ਹਾਂਜੀ, ਅਤੇ ਲਿਹਾਜ਼ਾ ਸੁਣਿਓ, ਇਹ ਚੀਜ਼ਾਂ ਬੜੀਆਂ ਨੇ, ਹੋਰ ਵੀ ਗੱਲਾਂ ਐਸੀਆਂ ਨੇ। ਅਤੇ ਪੀਰਾਂ ਦੇ ਮਗਰ ਤਾਂ ਜਾਓ, ਉਹਨਾਂ ਪੀਰਾਂ ਦੇ ਮਗਰ ਜਾਓ ਜਿਹੜੇ ਅੱਲਾਹ ਦੀ ਗੱਲ ਕਰਦੇ ਨੇ, ਉਹਦੇ ਹਬੀਬ ਦੀ ਗੱਲ ਕਰਦੇ ਨੇ। ਅਤੇ ਜਿਹੜੇ ਆਪਣੇ ਆਪ ਨੂੰ ਹੀ ਮਨਵਾਉਣਾ ਬੈਠੇ ਹੋਏ ਨੇ ਕਿ ਅਸੀਂ ਹਾਂ, ਬਸ ਅਸੀਂ ਬੈਠੇ ਹਾਂ, ਖੁਦਾ ਹੀ ਹਾਂ, ਸਵਾ ਨੌਜ਼ ਬਿੱਲਾ, ਇੰਝ ਕਰ ਲਓ ਤਾਂ ਇੰਝ ਹੋਏਗਾ, ਇੰਝ ਕਰ ਲਓ ਤਾਂ ਇੰਝ ਹੋਏਗਾ, ਸਿਤਾਰੇ ਅਤੇ ਫਲਾਣੇ ਅਤੇ ਢੰਗਾਣੇ ਅਤੇ ਫਲਾਣਾ ਢੰਗਾਣਾ ਨਹੀਂ। ਹਾਂਜੀ, ਇਹ ਜਿੰਨ ਦੇ ਮੌਕਲ ਅਤੇ ਫਲਾਣਾ ਨਹੀਂ। ਅੱਲਾਹ ਦੀ ਕਲਾਮ, ਅੱਲਾਹ ਦਾ ਬਲੀ, ਅੱਲਾਹ ਦੀ ਕਲਾਮ ਬਣ, ਰੱਬ ਵਾਲੇ ਪਾਸੇ ਜਾਂਦਾ, ਉਹਦੇ ਹਬੀਬ ਵਾਲੇ ਪਾਸੇ ਜਾਂਦਾ, ਉਹਨਾਂ ਦੀ ਯਾਦ ਦੇ ਪਾਸੇ ਜਾਂਦਾ, ਆਪਣੇ ਪਾਸੇ ਨਹੀਂ ਜਾਂਦਾ। ਅਤੇ ਅੱਜ ਕੱਲ੍ਹ ਪੀਰ ਦੇ ਇੱਕ ਅਸੀਂ ਜੁਮੇਰਾਤ ਨਾ ਜਾਓ ਪੀਰ ਦੇ, ਜਾਂ ਇੱਕ ਐਤਵਾਰ ਨਾ ਜਾਓ, ਜਾਂ ਕੋਈ ਵੀ ਜਿਹੜਾ ਦਿਨ ਰੱਖਿਆ ਹੁੰਦਾ ਪੀਰ ਨੇ, ਅਗਲਾ ਭਾਈ ਉਹਦੇ ਵੱਲ ਪੈ ਜਾਂਦਾ ਕਿ ਲੈ ਵੀ ਤੂੰ ਬੜਾ ਅੱਜ ਕੱਲ੍ਹ ਮਸਰੂਬ ਹੋ ਗਿਆ, ਖੈਰ ਵੀ ਖੈਰ, ਆਪਣੇ ਬਈ ਮਾਂ ਵੀ ਬਿਮਾਰ ਹੈ, ਪਿਓ ਬਿਮਾਰ ਹੈ, ਪੁੱਛ ਤੁਸੀਂ ਅੱਲਾਹ ਦੇ ਬੰਦਿਆ। ਅਤੇ ਲਿਹਾਜ਼ਾ ਪੀਰ ਉਹੀ ਹੁੰਦਾ ਕਿ ਜਿਹੜਾ ਕਿਸੇ ਦੀ ਮੁਸ਼ਕਲ ਆਸਾਨ ਕਰਦਾ, ਪੀਰ ਐਨ ਹੁੰਦਾ ਕਿ ਆਪਣੀ ਜੇਬਾਂ ਭਰਦਾ, ਔਰ ਮਾਦਰ ਜਿਹੜੇ ਮਰੀਜ਼ ਨੂੰ ਕੋਲ ਪਾਉਂਦਾ, ਅਤੇ ਜਿਹੜੇ ਵਿਚਾਰੇ ਮਾੜੇ ਹੁੰਦੇ ਨੇ ਅਤੇ ਉਹ ਮਨ ਦੂਰ ਰੱਖਦਾ। ਅਤੇ ਇਹ ਚੀਜ਼ਾਂ ਨੇ, ਹਰ ਕੋਈ ਪੀਰ ਦੀ ਔਲਾਦ ਜਿਹੜੀ ਨਾ ਪੀਰ ਨਹੀਂ ਹੁੰਦੀ, ਠੀਕ
ਹੁੰਦੀ ਆ, ਹਰ ਪੀਰ ਦੀ ਔਲਾਦ ਪੀਰ ਨਹੀਂ ਹੁੰਦੀ, ਮਰੀਜ਼ਾਂ ਚੋਂ ਵੀ ਕੋਈ ਪੀਰ ਨਹੀਂ ਖਾਂਦਾ ਜਿਹੜਾ ਕਿ ਆਪਣੇ ਪੀਰ ਦੇ ਨਕਸ਼ੇ ਕਦਮ ਦੇ ਚੱਲਦਾ। ਹਾਂਜੀ, ਪੀਰ ਮੁਰੀਦ ਕੀ ਚੀਜ਼ ਹੈ? ਪੀਰ ਉਹੀ ਮਰੀਜ਼ ਉਹੀ ਹੈ ਕਿ ਜਿਹੜਾ ਪੀਰ ਦੇ ਨਕਸ਼ੇ ਕਦਮ ਚੱਲੇ। ਪੀਰ ਕਹਿੰਦਾ ਰੱਬ ਇੱਕੇ, ਤੇ ਮਰੀਜ਼ ਵੀ ਕਹੇ ਆਹੋ ਇੱਕੇ। ਉਹ ਕਹੇ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਮੁਹੱਬਤ ਕਰਨੀ ਹੈ, ਠੀਕ ਹੈ, ਸਰਕਾਰ ਮੁਹੱਬਤ ਕਰਨੀ ਹੈ, ਉਹਨਾਂ ਦੀ ਆਲ ਨਾਲ ਮੁਹੱਬਤ ਕਰਨੀ ਹੈ, ਠੀਕ ਹੀ ਕਰਨੀ ਹੈ, ਉਹ ਸਹਾਬਾ ਨਾਲ ਕਰਨੀ ਹੈ, ਠੀਕ ਹੈ, ਬਲੀਆ ਨਾਲ ਕਰਨੀ ਹੈ, ਠੀਕ ਹੈ, ਮਾਂ ਬਾਪ ਦਾ ਅਦਬ ਇਹਤਰਾਮ ਕਰਨਾ ਠੀਕ ਹੈ, ਹਰਾਮ ਨਹੀਂ ਖਾਣਾ ਠੀਕ ਹੈ, ਸੂਦ ਨਹੀਂ ਖਾਣਾ ਠੀਕ ਹੈ, ਹਾਂਜੀ, ਬਿਮਾਰੀ ਤੇ ਅੱਲਾ ਸ਼ੁਕਰ ਅਦਾ ਕਰਨਾ ਠੀਕ ਹੈ, ਹਰ ਟਾਈਮ ਸਬਰ ਸ਼ੁਕਰ ਕਰਨਾ ਠੀਕ ਹੈ, ਜ਼ਿਕਰ ਕਰਨਾ ਠੀਕ ਹੈ, ਇਹੋ ਜਿਹੀਆਂ ਚੀਜ਼ਾਂ ਦੱਸੇ, ਇਹੋ ਜਿਹੀਆਂ ਗੱਲਾਂ ਮਰੀਜ਼ ਮੰਨਦਾ ਅਤੇ ਉਹ ਹੁੰਦਾ ਮਰੀਜ਼, ਅਤੇ ਉਹਨੂੰ ਕਹਿੰਦੇ ਨੇ ਗੱਦੀ ਨਸ਼ੀਨ। ਅਤੇ ਜਿਹੜਾ ਭਾਵੇਂ ਗੱਦਾ ਨਸ਼ੀਨ ਹੋ ਜਾਵੇ, ਅੱਲਾ ਮਾਫੀ, ਜੋ ਪੀਰ ਨੇ ਕੀਤਾ ਉਹ ਪੀਰ ਮਰੀਜ਼ ਕਰ ਹੀ ਨਹੀਂ ਲਿਆ, ਗੱਦੀ ਨਸ਼ੀਨ ਗੱਦਾ ਨਸ਼ੀਨ ਕਰ ਹੀ ਨਹੀਂ ਲਿਆ, ਸਮਝੋ ਉਹ ਫਰਕ, ਉਹਨੇ ਆਪਣਾ ਹੀ ਕੋਈ ਨਵਾਂ ਹੀ ਕੋਈ ਢੋਂਗ ਬਣਾ ਰਿਹਾ, ਠੀਕ ਹੈ ਨਾ, ਉਹ ਚੀਜ਼ਾਂ ਨਹੀਂ ਹੈ। ਜੋ ਦੇਖੋ ਨਾ, ਪੀਰ ਤਾਂ ਪੀਰ ਫੜੋ ਹੀ ਉਹਨੂੰ ਜਿਹਦੇ 'ਚ ਰੱਬ ਦੀ ਵਾਹਦਾਨੀਅਤ ਦੀ ਖੁਸ਼ਬੂ ਆਵੇ, ਉਹਦੇ ਪਿਆਰੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦੀ ਖੁਸ਼ਬੂ ਆਵੇ, ਉਹਨਾਂ ਦੀ ਆਦ ਦੀ ਖੁਸ਼ਬੂ ਆਵੇ, ਉਹਨਾਂ ਦੇ ਸੁਹਾਬਾ ਦੀ ਖੁਸ਼ਬੂ ਆਵੇ, ਅਹਿਲੇ ਬੈਤ ਦੀ ਖੁਸ਼ਬੂ ਆਵੇ, ਠੀਕ ਹੈ ਨਾ, ਪੰਚਨ ਪਾਕ ਦੀ ਖੁਸ਼ਬੂ ਆਵੇ, ਠੀਕ ਹੈ ਨਾ, ਵਲੀਆਂ ਦੀ ਖੁਸ਼ਬੂ ਆਵੇ, ਕੁਰਾਨ ਹਦੀਸ ਦੀ ਖੁਸ਼ਬੂ ਆਵੇ, ਠੀਕ ਹੈ ਨਾ। ਹਾਂਜੀ, ਅਤੇ ਇਹ ਚੀਜ਼ ਇਹ ਨਾ ਹੋਵੇ ਕਿ ਬਦਬੂ ਆਵੇ, ਠੀਕ ਹੈ ਨਾ, ਤੁਹਾਨੂੰ ਪਤਾ ਅੱਲਾਹ ਨੂੰ ਜੋ ਮੰਨਦੇ ਨੇ, ਕੋਈ ਨਬੀ ਨੂੰ ਬਸ਼ਰ ਕਹਿ ਰਿਹਾ, ਖੁਕੀ ਕਹਿ ਰਿਹਾ, ਖੁਕੀ ਕਹਿ ਰਿਹਾ, ਤੋਬਾ ਨਾਊਜ਼ ਬਿੱਲਾ, ਇਹ ਆਪੇ ਭੁਗਤਣਗੇ, ਅਸੀਂ ਆਪਣਾ ਭੁਗਤਣਾ, ਇਸ ਵਾਸਤੇ ਕਿ ਕੁੱਲ ਕੁ ਰਾਜ ਕੁੱਲ ਕੁ ਮਸੂਨ ਰਈਅਤ ਹੀ ਤੁਮਨੇ ਸੇ, ਹਰ ਇੱਕ ਨੇ ਕਮਾਇਆ, ਹਰ ਇੱਕ ਸੇ ਉਸਕੇ, ਹਰ ਇੱਕ ਸੇ ਉਸਕੀ ਰਈਅਤ ਕੇ ਬਾਰੇ ਵਿੱਚ ਪੁੱਛਿਆ ਜਾਏਗਾ। ਲਿਹਾਜ਼ਾ ਮੈਂ ਫਿਰ ਐਂਡ ਦੇ ਵਿੱਚ ਇਸਤਿਹਾਮ ਇਹੀ ਕਰਾਂਗਾ ਕਿ ਸਾਡੇ ਉਲਾਮਾਏ ਹੱਕ, ਪੀਰਾਂ ਨੇ ਹੱਕ ਜਿੰਨੀ ਦੇਰ ਤੱਕ ਹੈ ਨੇ, ਇਨਸ਼ਾਅੱਲਾ ਅਸੀਂ ਨਹੀਂ ਭਟਕਾਂਗੇ। ਅਤੇ ਜਦੋਂ ਉਲਾਮਾਏ ਸੂ ਪੈਦਾ ਹੋਵੇ, ਦੋ ਨੰਬਰ ਪੀਰ ਪੈਦਾ ਹੋਵੇ, ਤਾਂ ਸਮਝੋ ਅਸੀਂ ਭਟਕੇ। ਅਤੇ ਲਿਹਾਜ਼ਾ ਫਿਰ ਮੈਂ ਕਹਿੰਦਾ ਉਲਾਮਾਏ ਹੱਕ, ਉਲਾਮਾਏ ਸੂ ਸਾਡੇ ਸਿਰਾਂ ਦੇ ਤਾਜ, ਵਾਲਾ ਸਾਹਿਬ ਜੋ ਅੰਬੀਆ ਨੇ, ਅਤੇ ਜਿਹੜੇ ਦੋ ਨੰਬਰ ਮੌਲਵੀ ਅਤੇ ਦੋ ਨੰਬਰ ਪੀਰ, ਉਹ ਸਮਝੋ ਅਗਰ ਸ਼ੈਤਾਨ ਦੇ ਯਾਰ ਨੇ, ਉਹ ਸਮਝੋ ਦੁਨੀਆਦਾਰ ਨੇ, ਉਹ ਸਾਡੇ, ਅਸੀਂ ਉਹਨਾਂ ਤੋਂ ਦੂਰ ਹਾਂ, ਸਾਡਾ ਉਹਨਾਂ ਨਾਲ ਕੋਈ ਤਾਲੁਕ ਨਹੀਂ। ਹਾਂਜੀ, ਸਾਡਾ ਬਾਬਾ ਜੀ ਰਹਿਮਤੁੱਲਾਹ ਫਰਮਾਉਂਦੇ ਜੀ, ਉਹ ਉੱਥੇ ਆਵਾ ਤੁਹਾਰੇ ਤੁਰ ਗਿਆ ਹੋ, ਸਾਡੇ ਵੱਡੇ ਅਗਰ ਚੰਗੇ ਸੀ ਨਾ, ਤਾਂ ਅਸੀਂ ਵੀ ਚੰਗੇ ਕੰਮ ਕਰਨੇ ਨਾ, ਅਸੀਂ ਵੀ ਬਹੁਤ ਦਾਵਤ ਹਸਨ ਦੇ ਯਕੀਨਾਂ ਬੁਲਤ ਕੱਢ ਕੇ, ਠੀਕ ਹੈ ਨਾ, ਅਤੇ ਅਸੀਂ ਗੱਲਾਂ ਕੀ ਕਰਨੇ ਹਾਂ, ਦੀਨ ਦੀਆਂ, ਸਰਕਾਰ ਦੀਆਂ, ਅਤੇ ਜਿਹੜਾ ਸਰਕਾਰ ਦੇ ਖਿਲਾਫ ਚੱਲਦੇ ਨੇ, ਜਿਹੜੇ ਸਰਕਾਰ ਦੇ ਦੀਨ ਨੂੰ 295 ਸੀਟ ਨੂੰ ਬਦਲਦੇ ਨੇ, ਜਾਂ ਇੱਕ ਆਸ਼ਕ ਰਸੂਲ ਨੂੰ ਫਟੇ ਲਾਉਂਦੇ ਨੇ, ਠੀਕ ਹੈ ਨਾ, ਜਾਂ ਤੋਬਾ ਨਾਲ ਕਾਦੀਆਂ ਨੂੰ ਭੈਣ ਭਰਾ ਕਹਿੰਦੇ ਨੇ, ਜਾਂ ਕਾਦੀਆਂ ਦੇ ਨਾਲ ਟੁੱਟਦੇ ਨੇ, ਠੀਕ ਹੈ ਨਾ, ਨਹੀਂ ਜੀ ਕਾਦੀਆਂ ਨੂੰ ਵੀ ਹੱਕ ਦਿਓ, ਅਤੇ ਕਾਦੀਆਂ ਦੇ ਫਰਕ ਨੇ, ਠੀਕ ਹੈ ਨਾ, ਦਾਰੇ ਸਲਾਮ ਤੋਂ ਫਰਕ, ਮੁਸਲਮਾਨ ਹੈ ਹੀ ਨਹੀਂ, ਕਿਉਂਕਿ ਨਬੀ ਜਿਹੜਾ ਬਣਾ ਲਿਆ, ਨਬੀ ਕਰੀਮ ਸਲਾਮ ਆਖਰੀ ਨਬੀ, ਠੀਕ ਹੈ ਨਾ, ਉਹਨਾਂ ਤੋਂ ਬਾਅਦ ਨਬੀ ਨਹੀਂ ਆਉਣਾ, ਅਤੇ ਜਿਹਨਾਂ ਨੇ ਨਬੀ ਬਣਾ ਲਿਆ, ਮਤਲਬ ਇਹ ਉਹਨੇ ਕੁਰਾਨ ਨੂੰ ਅਤੇ ਹਦੀਸ ਨੂੰ ਝੁਟਲਾਇਆ, ਅਤੇ ਜਿਹਨੇ ਝੁਟਲਾਇਆ ਉਹ ਦਾਰੇ ਸਲਾਮ ਤੋਂ ਫਰਕ ਫਰਕ। ਲਿਹਾਜ਼ਾ ਸੁਣਿਓ, ਇਹ ਗੱਲਾਂ ਬਤਾ, ਸੱਚਿਆ ਸੱਚਿਆ ਦੇ ਨਾਲ ਰਿਹਾ ਕਰੋ, ਸੱਚਿਆ ਦੇ ਨਾਲ ਟੁਰਿਆ ਕਰੋ। ਹਾਂਜੀ, ਅੱਲਾ ਦੀ ਜ਼ਾਤ ਦਾ ਕਰਮ ਇਹ ਫਸਲ ਹੈ, ਸੋਹਣਾ ਪੀਰ ਢੰਗ ਲੱਭ ਜਾਵੇ, ਮਗਰ ਅਸੀਂ ਕਹਿੰਦੇ ਹਾਂ ਮੁਫਾਦਲਾ ਪੀਰ ਲੱਭ ਜਾਵੇ, ਜਿਸ ਜੋ ਫਾਇਦੇ ਹੋਣਾ, ਇੱਧਰੋਂ ਪੀਰ ਲੱਭੀ ਅਤੇ ਉੱਧਰ ਮਾਰ ਆਉਣਾ ਸ਼ੁਰੂ ਹੋ ਜਾਵੇ। ਹਾਂਜੀ, ਦਾਤਾ ਸਾਹਿਬ ਵੀ ਜੁੰਮਦੇ ਜੁੰਮੇ, ਪਤਾ ਕਿੰਨੀ ਕਿੰਨੀ ਦੂਰੋਂ ਲੋਕ ਜੁੰਮਾ ਪੜ੍ਹਨ ਆਉਂਦੇ ਨੇ, ਉਹ ਉਹਨਾਂ ਜ਼ਿਹਨ ਕੀ ਹੁੰਦਾ, ਉਹ ਇਹੀ ਹੁੰਦਾ ਦਾਦਾ ਜੀ ਬੈਂਕ ਕੰਟੇਨਰ ਆ ਰਿਹਾ, ਕਢਾ ਦਿਓ ਕਿਸੇ ਤਰੀਕੇ, ਉਹ ਕੰਟੇਨਰ ਦੁਨੀਆਂ ਦਾ ਨਿਕਲ ਜਾਣਗੇ, ਆਖਰਤ ਦਾ ਕੰਟੇਨਰ ਕਿਵੇਂ ਕੱਢਣਾ ਹੈ, ਆਖਰਤ ਦਾ ਧਿਆਨ ਰੱਖੋ, ਮਰਦੇ ਆਇਆ ਦਾਤਾ ਸਾਹਿਬ। ਹਾਂਜੀ, ਅਲੀ ਬਿਨ ਉਸਮਾਨ ਸੈਯਦੀ ਮੁਰਸ਼ਦੀ ਅਲੀ ਬਿਨ ਉਸਮਾਨ ਅਲਮਾਰੂ ਦਾ ਦਰਗੰਜ ਬਿਨ ਹਜੇਰੀ ਸਾਹਿਬ ਰਹਿਮਤੁੱਲਾ ਦੇ ਤੁਹਾਡੇ ਕੋਲ ਹਾਜ਼ਰ ਹੋਇਆ, ਤੁਸੀਂ ਜਿਸ ਤਰ੍ਹਾਂ ਰੱਬ ਨੂੰ ਮਨਾਇਆ ਨਾ, ਆਪਣੇ ਹਬੀਬ ਨੂੰ ਮਨਾਇਆ, ਅਤੇ ਸਾਨੂੰ ਵੀ ਮਨਾ, ਐਸਾ ਦੱਸੋ ਨਾ ਸਾਨੂੰ ਵੀ, ਅਸੀਂ ਮਨਾ ਲਈਏ। ਇੱਕ ਹਾਫਤ ਸੀ ਨਾ, ਹਾਫਤ ਉਹ ਕੋਈ ਆਪਣਾ ਮੰਨਤ ਲਿਆਉਣ ਲੈਣ ਗਿਆ, ਅਤੇ ਦਾਤਾ ਸਾਹਿਬ ਦੇ ਕੋਲ ਬਹਿ ਕੇ ਨਾ, ਮਜ਼ਾਰ ਸ਼ਰੀਫ ਦੇ ਕੋਲ ਕੁਰਾਨ ਦੀ ਤਲਾਵਤ ਕਰੇ, ਪੜ੍ਹੀ ਜਾਵੇ ਪੜ੍ਹੀ ਜਾਵੇ, ਕਿੰਨੇ ਦਿਨ ਹੋ ਗਏ ਆ ਕੇ ਤਲਾਵਤ ਕਰੇ, ਉਹਦਾ ਕੰਮ ਨਹੀਂ ਬਣਿਆ। ਉਦੋਂ ਦੌਰ ਦੇ ਵਿੱਚ ਨਾ ਔਰਤਾਂ ਵੀ ਆਈਆਂ ਸੀ, ਤਵਾਇਫ ਵੀ ਆਈਆਂ ਸੀ, ਉਹ ਤਵਾਇਫ ਆਈ, ਉਹਨੇ ਬਾਜੇ ਬੂਜੇ ਫੜੇ ਅਤੇ ਉਹਨੇ ਠੁੰਕੇ ਛੁੰਕੇ ਦੋ ਲਾਏ, ਅਤੇ ਉਹ ਕਹਿੰਦੀ ਬਸ ਕਰੋ ਬੰਦ ਕਰ ਦਿਓ, ਚਲੋ ਚਲੀਏ, ਸਾਡਾ ਕੰਮ, ਮੇਰੀ ਮੁਰਾਦ ਪੂਰੀ ਹੋ ਗਈ, ਚਲੀਏ। ਉਹ ਹਫਜ਼ੇ ਕੁਰਾਨ, ਜਿਹੜਾ ਕੁਰਾਨ ਪੜ੍ਹ ਰਿਹਾ ਸੀ, ਉਹਨੇ ਵੇਖਿਆ, ਉਹਨੇ ਕਿਹਾ ਕੀ ਗੱਲ ਹੋਈ, ਮੈਂ ਇਹਨੇ ਦਿਨਾਂ ਤੋਂ ਕੁਰਾਨ ਪੜ੍ਹਨਾ ਪਿਆ, ਇਹ ਆਈ ਹੈ, ਇਹਨੇ ਠੁੰਕੇ ਛੁੰਕੇ ਲਾਏ ਨੇ, ਅਤੇ ਇਹਨੂੰ ਨਵਾਜ਼ ਵੀ ਦਿੱਤਾ ਦਾਦਾ ਸਾਹਿਬ, ਲਓ ਜੀ ਉਹ ਬਦਜ਼ਨ ਹੋ ਕੇ ਉਹਨੇ ਕੁਰਾਨ ਪੜ੍ਹ ਬੰਦ ਕੀਤਾ, ਤੁਰ ਪਿਆ, ਅਤੇ ਉਹ ਵੀ ਬਜ਼ੁਰਗ ਆਏ, ਸੋਹਣੇ ਪਿਆਰੇ ਬਜ਼ੁਰਗ, ਹਾਂਜੀ, ਸਰਕਾਰ ਦੀ ਸੁਨਤਾਂ ਦੇ ਮੁਤਾਬਿਕ, ਅੱਲਾ ਦੇ ਉਹਦੇ ਰਸੂਲ ਦੇ, ਹਾਂਜੀ, ਬਿਲਕੁਲ ਸੋਹਣਾ ਸਰਾਪਾ ਚਿਹਰਾ, ਹਾਂਜੀ,
ਤੇ ਜੋ ਪੁਰਾਣਾ ਹਦੀਸ ਨੇ ਕਿਹਾ ਚਿਹਰਾ ਅੱਗੇ ਆ ਗਿਆ ਕਹਿੰਦੇ ਆਪ ਜੀ ਖੈਰ ਕਿਤੇ ਚੱਲੇ ਹੋ ਉਹ ਕਹਿੰਦੇ ਇੰਨੀ ਦੇਰ ਹੋ ਗਿਆ ਮੈਂ ਆਪਣਾ ਮਸਲਾ ਹੱਲ ਕਰਾਉਣ ਆਇਆ ਸੀ ਮੈਂ ਕਿਹਾ ਅੱਲਾ ਦੇ ਕਹਿੰਦੇ ਵਲੀਆ ਦੇ ਕੋਲ ਬੜੀ ਇੰਨਾ ਰਹਿਮਤ ਅੱਲਾ ਹੀ ਕਰੀਬ ਮਿਨਲ ਮੋਹਸਿਨ ਸੁਣਿਆ ਕਿ ਅੱਲਾ ਦੀ ਰਹਿਮਤ ਮੋਹਸਿਨਾਂ ਦੇ ਕਰੀਬ ਹੁੰਦੀ ਹੈ ਮੈਂ ਤਾਂ ਇਹਨਾਂ ਨੂੰ ਮੋਹਸਿਨ ਸਮਝ ਕੇ ਆਇਆ ਸੀ ਮੇਰਾ ਤਾਂ ਕੰਮ ਬਣਿਆ ਨਹੀਂ ਜੇ ਇਹ ਹੁਣ ਆਈ ਇਹਨੇ ਠੁੱਕੇ ਲਾਏ ਇਹਨੇ ਫਿਰ ਦਾ ਕੰਮ ਹੋ ਗਿਆ ਕਹਿੰਦੇ ਆਪ ਜੀ ਜੇ ਅਸੀਂ ਤੁਹਾਡਾ ਵੀ ਕੰਮ ਮੇਰਾ ਰੱਬ ਕਰ ਦਿੰਦਾ ਨਾ ਤੁਸੀਂ ਆਪਦੇ ਕੁਰਾਨ ਹੋ ਤੁਹਾਡਾ ਕੁਰਾਨ ਪੜ੍ਹਨਾ ਮੈਨੂੰ ਬੜਾ ਸੋਹਣਾ ਲੱਗਦਾ ਹਾਂਜੀ ਅਤੇ ਤੁਸੀਂ ਜ਼ਾਹਿਰ ਢਾਡੀ ਜਿਸਮੋਂ ਉਹ ਆ ਜਾਓ ਪੂਰੀ ਕਰਕੇ ਚਲੀ ਗਈ ਤੁਸੀਂ ਵੀ ਚਲੇ ਜਾਣਾ ਸੀ ਹਾਂਜੀ ਸਾਡੀਆਂ ਇੰਨੇ ਦਿਨ ਤੱਕ ਅਸੀਂ ਬੜੀਆਂ ਨੂੰ ਮੰਨਦੇ ਹਾਂ ਕਿ ਹਾਜਤਾਂ ਪਾਸੇ ਅਤੇ ਹਜ ਦਾ ਵਸਿਆ ਰੱਬ ਕਾਫੀ ਨਹੀਂ ਹੈ ਸਾਡੇ ਪਾਸੇ ਹੁਣ ਅਸੀਂ ਹਜਤ ਪਾਸੇ ਅਗਰ ਬਲੀ ਨੂੰ ਮੰਨਣਾ ਹੈ ਤਾਂ ਫਿਰ ਅੱਲਾ ਹੀ ਕਾਫੀ ਹੈ ਸਭ ਤੋਂ ਵੱਡਾ ਹਜਤ ਰਵਾ ਮੇਰਾ ਰੱਬ ਹੈ ਫਿਰ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੀ ਜ਼ਾਤ ਮੁਕੱਦਸਾ ਵੀ ਕਾਫੀ ਹੈ ਫਿਰ ਆਪਦੀ ਆਲ ਹੀ ਕਾਫੀ ਹੈ ਫਿਰ ਆਪ ਸੁਹਾਬਾ ਹੀ ਕਾਫੀ ਨੇ ਠੀਕ ਹੈ ਅਤੇ ਬਲੀਆਂ ਨੂੰ ਕਿਉਂ ਮੰਨਿਆ ਸੀ ਕਿ ਬਲੀਆਂ ਨੇ ਸਾਡੇ ਤੱਕ ਰੱਬ ਦਾ ਪੈਗਾਮ ਪਹੁੰਚਾਇਆ ਕਿਸੇ ਨੇ ਕਹਿਣ ਵਾਲੇ ਨੇ ਕਿਹਾ ਹੋ ਗਿਆ ਨਾ ਤੂੰ ਹੀ ਖਾਲਿਕ ਹੈ ਸੱਚਾ ਮਾਲਿਕ ਹੈ ਮੇਰਾ ਹਾਂਜੀ ਮੇਰੇ ਮਾਲਿਕ ਤੂੰ ਖਾਲਿਕ ਹੈ ਮੇਰਾ ਸੱਚਾ ਰਾਜ਼ਿਕ ਤੂੰ ਮਾਲਿਕ ਹੈ ਮੇਰਾ ਮੈਂ ਇਸ ਲਈ ਤੁਝੇ ਜਾਣਦਾ ਹੂੰ ਕਿ ਤੂੰ ਮੇਰੇ ਮੁਸਤਫਾ ਸੱਲ ਵਸਲਮ ਦਾ ਅੱਲਾਹ ਹੈ ਖੁਦਾ ਲਫਜ਼ ਵੀ ਮੈਂ ਨਹੀਂ ਮੁਝੇ ਪੜ੍ਹਦਾ ਅੱਲਾਹ ਜ਼ੁਲਜਲ ਠੀਕ ਹੈ ਨਾ ਅੱਲਾਹ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦਾ ਰੱਬ ਨਾਂ ਕੀ ਹੈ ਅੱਲਾਹ ਅਜ਼ਵਜਲ ਵਾਹਦਾਹੂ ਲਾ ਸ਼ਰੀਕ ਅਤੇ ਜਿਹਨਾਂ ਨੇ ਮੇਰੇ ਆਖਾਂ ਨੇ ਪਿਆਰ ਕੀਤਾ ਹੋਵੇ ਉਹਦੀ ਵਾਜੇ ਦੀਆਂ ਮੇਰੇ ਆਖਾਂ ਨੇ ਡੰਕੇ ਵਜਾਏ ਹੋਣ ਅਤੇ ਅਸੀਂ ਕਿਉਂ ਨਾ ਡੰਕੇ ਵਜਾਈਏ ਉਹਦੀ ਬਾਤ ਅਤੇ ਇਹ ਸੋਹਣੀਆਂ ਗੱਲਾਂ ਸੋਚਿਆ ਕਰੋ ਹਾਂਜੀ ਇਹ ਅੱਲਾਹ ਦੇ ਵਲੀ ਦੇਖੋ ਨਾ ਆਪਣੇ ਕੋਲ ਨਹੀਂ ਜ਼ਿਆਦਾ ਬਹਾਣਗੇ ਅਤੇ ਤੁਹਾਨੂੰ ਜ਼ਿਕਰ ਕਰਵਾਉਣਗੇ ਹਾਂਜੀ ਤੁਹਾਡੇ ਕੋਲ ਜ਼ਿਕਰ ਕਰਵਾਉਣਗੇ ਤੁਹਾਨੂੰ ਪੜ੍ਹਾਈ ਕਰਾਉਣਗੇ ਪੁਰਾਣਾ ਹਦੀਸ ਦੀ ਕੋਈ ਕੰਮ ਦੀ ਗੱਲ ਦੱਸਣਗੇ ਕੰਮ ਦੀ ਗੱਲ ਪੱਲੇ ਬਣਾਉਣਗੇ ਫਿਰ ਦਿੰਦੇ ਜਾਓ ਠੀਕ ਹੈ ਨਾ ਜੀ ਭੈ ਨਹੀਂ ਕਹਿੰਦੇ ਚਲੋ ਵੀ ਅਸੀਂ ਆ ਕੇ ਬਹਿ ਕੇ ਚੁੱਲ੍ਹੇ ਕੱਟੋ ਅਤੇ ਖਾਣਾ ਕਰੋ ਅਤੇ ਭਗਾਣਾ ਕਰੋ ਅਤੇ ਚੀਜ਼ਾਂ ਨਹੀਂ ਸੁਣਿਓ ਜ਼ਿਆਦਾ ਬਚੋ ਅਤੇ ਦਾੜੀ ਵਾਲਿਆਂ ਨੇ ਦਾੜੀ ਰੱਖ ਕੇ ਅੱਲਾ ਮਾਫ਼ੀ ਦੇ ਦੀਨ ਦੇ ਵਿੱਚ ਖਰਾਬੀਆਂ ਪੈਦਾ ਹੋ ਰਹੀਆਂ ਨੇ ਟੋਪੀਆਂ ਸਫੈਦ ਰੱਖ ਕੇ ਦੀਨ 'ਚ ਖਰਾਬੀਆਂ ਪੈਦਾ ਹੋ ਰਹੀਆਂ ਨੇ ਅਮਾਮੇ ਪਾ ਕੇ ਦੀਨ 'ਚ ਖਰਾਬੀਆਂ ਪੈਦਾ ਕਰ ਰਹੇ ਨੇ ਲੋਕ ਸਫੈਦ ਕੱਪੜੇ ਪਾ ਕੇ ਦੀਨ 'ਚ ਖਰਾਬੀਆਂ ਪੈਦਾ ਕਰ ਰਹੇ ਨੇ ਉਸ ਦਾਦਾ ਮੁਰਸ਼ਦ ਸੂਫੀ ਗੁਲਾਮ ਹੁਸੈਨ ਅਮੀਨੀ ਵੈਸੀ ਨਕਸ਼ਬੰਦੀ ਰਹਿਮਤੁਲਾਹ ਅਲੈਹ ਨਵਰ ਉਲਾਮ ਮਰਕਜ਼ੂ ਫਰਮਾਉਂਦੇ ਨੇ ਸੂਫੀਆ ਸੂਫੀ ਆਖਣ ਸਾਰੇ ਵੇਖ ਲਿਬਾਸ ਸੁਫੀਆਨਾ ਚਾਤੀ ਮਾਰ ਤੂੰ ਆਪਣੇ ਅੰਦਰ ਕੀ ਆਉਂਦਾ ਅਤੇ ਲਿਬਾਸ ਪਾਉਣ ਨਾਲ ਸੂਫੀ ਬਣ ਜਾਂਦਾ ਬੰਦਾ ਕਿਰਦਾਰ ਨਾਲ ਸੂਫੀ ਬਣ ਜਾਂਦਾ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਨਾਲ ਅਗਰ ਮੁਹੱਬਤ ਕੀਤੀ ਹੈ ਨਾ ਕੁਫਾਰਾਂ ਨੇ ਤਾਂ ਆਪਦੇ ਕਿਰਦਾਰ ਦੀ ਵਜ੍ਹਾ ਨਾਲ ਆਪਦਾ ਕਿਰਦਾਰ ਬਹੁਤ ਸੋਹਣਾ ਸੀ ਆਪਣੇ ਕਿਰਦਾਰ ਦੇ ਵਿੱਚ ਲੱਗੇ ਰਹੇ ਨੇ ਆਪਣੇ ਆਪ ਨੂੰ ਅੱਲਾ ਦੀ ਵਸਦੇ ਨਹੀਂ ਹੈ ਅਤੇ ਉੱਤੇ ਕੈਮ ਰੱਖਿਆ ਹਾਂਜੀ ਮਿਸ਼ਨ 'ਚ ਲੱਗੇ ਰਹੇ ਨੇ ਜ਼ਰੂਰ ਹੁਣ ਵੀ ਹੋਣਗੇ ਵਾਕਈ ਬਣਾ ਸਕਦੇ ਇਹ ਚੀਜ਼ਾਂ ਨੇ ਸੁਣਿਓ ਇਹ ਗੱਲਾਂ ਬਾਤਾਂ ਨੇ ਕੋਸ਼ਿਸ਼ ਕਰਿਆ ਕਰੋ ਨਾ ਦੁੱਖ ਪਹੁੰਚਾਇਆ ਕਰੋ ਨਾ ਤਕਲੀਫਾਂ ਦਿਆ ਕਰੋ ਨਾ ਪਲਾਨੀਆਂ ਡਿਊਟੀਆਂ ਕਰਿਆ ਕਰੋ ਉਲਟੀਆਂ ਬਣਾਉਣੀਆਂ ਜੋ ਮਰਜ਼ੀ ਤੁਸੀਂ ਕਰ ਲਓ ਤੁਹਾਡੇ ਉੱਤੇ ਪੈਣੀਆਂ ਨੇ ਹਾਂਜੀ ਇਹ ਛਿੱਤਰਾਂ ਦੇ ਹਾਲ ਬਣ ਕੇ ਨਾ ਜਿਹੜਾ ਜਿਹੜਾ ਬੰਦਾ ਪਲਾਨੀਆਂ ਬਣਾ ਰਿਹਾ ਹੁੰਦਾ ਨਾ ਕਿਸੇ ਦਾ ਘਰ ਬਰਬਾਦ ਕਰ ਰਿਹਾ ਕਿਸੇ ਦਾ ਘੀ ਆਪਣੀਆਂ ਪਲਾਨੀਆਂ ਬਣਾ ਕੇ ਬੈਠੇ ਹੋ ਅਤੇ ਇਹ ਨਾ ਸਮਝਣਾ ਕਿ ਅੱਜ ਨੂੰ ਕਿਸੇ ਦਾ ਘਰ ਬਰਬਾਦ ਕਰ ਰਹੇ ਹਾਂ ਕਿਸੇ ਨੂੰ ਅਸੀਂ ਦੇ ਰਹੇ ਹਾਂ ਤਾਂ ਤੁਸੀਂ ਬਚੋਗੇ ਕਦੀ ਵੀ ਨਹੀਂ ਬਚੋ ਇਹ ਮੁਕਾਫਾ ਤਾਂ ਅਮਲ ਦੁਨੀਆ ਇਹ ਦੁਨੀਆ 'ਤੇ ਵੀ ਭੁਗਤ ਦੋਗੇ ਅਤੇ ਅੱਗੇ ਵੀ ਮਰਦਿਆਂ ਵੀ ਭੁਗਤ ਦੋਗੇ ਕਬਰ 'ਚ ਵੀ ਭੁਗਤ ਦੋਗੇ ਅਤੇ ਲਿਆਦਾ ਇਹ ਡਰੋ ਖੌਫ ਕਰੋ ਅੱਲਾ ਤੋਂ ਕਰੋ ਅੱਲਾ ਦੀ ਵਾਹਦਾਨੀਅਤ ਨੂੰ ਮੰਨ ਜਾਓ ਉਹਦੇ ਅਬੀਬ ਦੀ ਅਜ਼ਮਤ ਨੂੰ ਮੰਨੋ ਉਹਨਾਂ ਦੀ ਆਲ ਨੂੰ ਮੰਨੋ ਉਹਨਾਂ ਸਵਾਬਾਂ ਨੂੰ ਮੰਨੋ ਔਰ ਵਲੀਆਂ ਨੂੰ ਮੰਨੋ ਮਾਂ ਬਾਪ ਨੂੰ ਮੰਨੋ ਆਰਾਮ ਤੋਂ ਬਚੋ ਸੂਸਰਾਂ ਤੋਂ ਬਚੋ ਹਜ਼ੂਰ ਦੇ ਦੀਨ ਦੇ ਗੁਸਾਫਾ ਤੋਂ ਬਚੋ ਪਾਕਿਸਤਾਨ ਦੇ ਗੱਦਾਰਾਂ ਤੋਂ ਬਚੋ ਔਰ ਯਾ ਅੱਲਾ ਜਿਹੜੇ ਜਿਹੜੇ ਪਾਕਿਸਤਾਨ ਨਾਲ ਗੱਦਾਰੀ ਕਰ ਰਹੇ ਉਹਨਾਂ ਨੂੰ ਤਬਾਹ ਬਣਾ ਜਿਹੜੇ ਇਸ ਮੁਲਕ ਨੂੰ ਤਬਾਹ ਬਰਬਾਦ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਤਬਾਹ ਬਰਬਾਦ ਯਾ ਅੱਲਾ ਜਿਹੜੇ ਵੀ ਨੇ ਸੁਣਿਆ ਤੂੰ ਬਿਹਤਰ ਜਾਣਨਾ ਸੁਣਿਆ ਜਿਹੜੇ ਜਿਹੜੇ ਇਸ ਮੁਲਕ ਨੂੰ ਖਤਮ ਕਰਨਾ ਚਾਹੁੰਦੇ ਨੇ ਇਸ ਮੁਲਕ 'ਚੋਂ ਦੀਨ ਨੂੰ ਖਤਮ ਕਰਨਾ ਚਾਹੁੰਦੇ ਨੇ ਇਸ ਮੁਲਕ 'ਚ ਇਸਲਾਮ ਦਾ ਨਫਾਜ਼ ਖਤਮ ਕਰਨਾ ਚਾਹੁੰਦੇ ਨੇ ਹਜ਼ੂਰ ਦੀ ਮੁਹੱਬਤ ਖਤਮ ਕਰਨਾ ਚਾਹੁੰਦੇ ਨੇ ਸੱਚਿਆਂ ਦੇ ਉੱਤੇ ਹਮਲੇ ਕਰਦੇ ਨੇ ਪਾਕਾਂ ਦੇ ਉੱਤੇ ਹਮਲੇ ਕਰਦੇ ਨੇ ਠੀਕ ਹੈ ਨਾ ਯਾ ਅੱਲਾ ਨਾ ਸਭ ਤਬਾਹ ਬਣਾ ਜਿਹੜੇ ਜਿਹੜੇ ਇਸਲਾਮ ਦੇ ਖਿਲਾਫ਼ ਨੇ ਪਾਕਿਸਤਾਨ ਦੇ ਖਿਲਾਫ਼ ਨੇ ਯਾ ਅੱਲਾ ਨਾ ਸਭ ਤਬਾਹ ਬਣਾ ਦੋ ਨੰਬਰ ਮੌਲਵੀਆਂ ਦੋ ਨੰਬਰ ਪੀਰ ਮਜ਼ਹਬੀ ਸਕਾਲਰ ਜਿਹੜੇ ਜਿਹੜੇ ਵੀ ਨੇ ਦੀਨ ਦੇ ਨਾਂ 'ਤੇ ਯਾ ਅੱਲਾ ਲੁੱਟ ਰਹੇ ਨੇ ਦੀਨ ਨੂੰ ਬਦਨਾਮ ਕਰ ਰਹੇ ਨੇ ਯਾ ਅੱਲਾ ਤਮਾਮ ਬਦਨਾਮਾਂ ਨੂੰ ਤਬਾਹ ਬਰਬਾਦ ਉਹਨੂੰ ਅਜ਼ੀਲ ਔਰ ਰਸਵਾ ਕਰੋ ਯਾ ਅੱਲਾ ਸਾਨੂੰ ਹੱਕ ਵਾਲਿਆਂ ਦਾ ਸਾਥ ਦੇਣਾ ਸਿੱਖਣਾ ਸਾਨੂੰ ਹੱਕ ਆਪ ਵੀ ਔਰ ਦੂਸਰਿਆਂ ਨੂੰ ਹੱਕ ਵਾਲਿਆਂ ਆਪ ਵੀ ਇਸ ਹੱਕ ਦੇਣ ਚੱਲਣ ਦੀ ਤੁਸੀਂ ਕਿਤਾਬ ਨਾ ਦੂਸਰੇ ਹੱਕ ਵਾਲਿਆਂ ਨਾਲ ਸਾਨੂੰ ਹੱਕ ਵਾਲਿਆਂ ਦਾ ਸਾਥ ਦੇਣਾ ਸੀ ਠੀਕ ਹੈ ਨਾ ਜੀ ਇਸਲਾਮ ਦੀ ਜ਼ਿੰਦਗੀ ਦਾ ਇਮਾਨ ਦੇ ਖਾਤਮਾ ਸੀ ਅਸਲ ਚੀਜ਼ ਇਮਾਨ ਦੇ ਖਾਤਮਾ ਹੋ ਗਿਆ ਅਤੇ ਬੇੜੇ ਪਾ ਅੱਲਾ ਤੁਹਾਡੀਆਂ ਮੁਸ਼ਕਲਾਂ ਸਾਫ਼ ਹੋਣ ਜਿਹੜੇ ਜਿਹੜੇ ਫਕੀਰ ਨੂੰ ਦੁਆਵਾਂ ਸੀ ਕਹਿੰਦੇ ਨੇ ਜਿਸ ਜਾਇਜ਼ ਮਕਾਸਦ ਕਹਿੰਦੇ ਨੇ ਕੋਈ ਰਿਸ਼ਤਿਆਂ ਵਾਸਤੇ ਜਿਹੜੇ ਜਿਹੜੇ ਵੀ ਸਭ ਦੀਆਂ ਤੁਹਾਨੂੰ ਦੀਆਂ ਤਮਾਮ ਜਾਇਜ਼ ਹਜ਼ਰਤ ਨੂੰ ਪੂਰਾ ਫਰਮਾਏ ਅਤੇ ਇਨਸ਼ਾ ਅੱਲਾ ਫਕੀਰ ਵੀ ਆਪਣਾ ਕੰਮ ਸਰ ਅੰਜਾਮ ਦਿੰਦਾ ਹੈ ਅੱਛੇ ਅੱਛਾਈ ਦੇ ਨੇਕੀ ਦੇ ਕੋਈ ਵੀ ਨੇਕੀ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਫਕੀਰ ਤੋਂ ਫਰੀ ਮਸ਼ਵਰਾ ਲਓ
ਕੋਈ ਰਿਸ਼ਤੇ ਬਾਰੇ ਬੱਚੀ ਦੇ ਇਸਤਖਾਰਾ ਜਾਂ ਜੋ ਵੀ ਕੋਈ ਗਰੀਬ ਆਦਮੀ ਮਾੜਾ ਕੋਈ ਕਿਸੇ ਮਦਦ ਕਰਨਾ ਚਾਹੁੰਦੇ ਹੋ, ਮਸਜਿਦ ਬਣਾਉਣਾ ਚਾਹੁੰਦੇ ਹੋ, ਮਦਰਸਾ ਬਣਾਉਣਾ ਚਾਹੁੰਦੇ ਹੋ, ਅਤੇ ਅਲਹਮਦੁਲਿਲਾ ਫਕੀਰ ਨਾਲ ਰਾਬਤਾ ਕਰੋ। ਫਕੀਰ ਇਹ ਨਹੀਂ ਕਹਿੰਦਾ ਕਿ ਫਕੀਰ ਨੂੰ ਪੈਸੇ ਦਿਓ ਫਕੀਰ ਬਣਾਏਗਾ, ਨਾ, ਫਕੀਰ ਤੁਹਾਨੂੰ ਮਸ਼ਵਰਾ ਦੇਗਾ, ਬਹੁਤ ਅੱਛਾ ਮਸ਼ਵਰਾ ਦੇਗਾ। ਇਨ ਸ਼ਾ ਅੱਲਾਹ ਆਪਣੀ ਨਿਗਰਾਨੀ 'ਚ ਕੰਮ ਕਰਿਆ ਕਰੋ, ਆਪਣੀ ਨਿਗਰਾਨੀ 'ਚ ਦੇਖਣਾ ਬਣਿਆ ਕਰੋ, ਆਪਣੀ ਨਿਗਰਾਨੀ ਸਾਰਾ ਕੁਛ ਕਰਿਆ ਕਰੋ, ਅਤੇ ਇਨ ਸ਼ਾ ਅੱਲਾਹ ਸਿੱਖੇਗਾ। ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਹੱਕ ਵਾਲਿਆ ਸਾਥ ਦੇਣ ਦੀ ਤਸਲੀਮ ਦਾ ਫਰਮਾ, ਸਾਡੇ ਜਿਹੜੇ ਇਮਾਨ ਦੀ ਹਾਲਤ ਦੁਨੀਆ ਜਾ ਚੁੱਕੇ ਨੇ, ਯਾ ਅੱਲਾਹ ਉਹਨਾਂ ਨੂੰ ਬਖਸ਼ ਦਿਓ। ਸੋਸ਼ਲ ਮੇਰੇ ਵੀ ਪੀਰ ਉਮਰ ਸ਼ੇਖ ਚੁੱਲਾ ਅਲਹਾਸ ਤੁਸੀਂ ਖੁਸ਼ੀ ਮੁਹੰਮਦ ਹੁਸੈਨੀ ਵੀ ਨਹੀਂ ਵੈਸੇ ਮਸ਼ਹੂਰ ਰਹਿਮਤੁੱਲਾਹ ਨੇ ਮਾਜੀ ਅਲੈ ਰਹਿਮਾ, ਤੋ ਹੋਰ ਜਿਹੜੇ ਜਿਹੜੇ ਵੀ ਸਾਡੇ ਅਸੀਂ ਲੋਕਾਂ ਨੇ ਇਮਾਨ ਦੀ ਹਾਲਤ ਦੁਨੀਆ ਜਾ ਚੁੱਕੇ ਨੇ, ਇਸ ਲਈ ਸਾਡਾ ਸਿਹਤ ਚੁੱਲਿਆ ਸਾਨੂੰ ਕਰਨ ਵਾਲੇ ਮੇਰੀ ਬੇਟੀ ਮੇਰੇ ਬੇਟਾ, ਔਰ ਜੋ ਜੋ ਪਹਿਲਾਂ ਸਭ ਦੀਆਂ ਗੁਰਾਂ ਦੀਆਂ ਮੇਰਾ ਜੋ ਜੋ ਇਮਾਨ ਦੀ ਹਾਲਤ ਸਭ ਦੇ ਬੁਲੰਦੀਆਂ ਦਰਾਂ। ਅਸਲਾਮੁ ਅਲੈਕੁਮ ਵਰਹਮਤੁਲਾਹਿ ਤਾਲਾ ਵਬਰਕਾਤ।